यार हुंदे ने तीन किस्म दे वक्खो वक्ख पछाण दे। यार हुंदे ने तीन किस्म दे वक्खो वक्ख पछाण दे। पहले यार ने गली बाती ते दूजे भुखे खाण दे। तीजे यार ने जान जो दिंदे तीजे यार ने जान दो दिंदे मिलदे विच जहान दे। पहला मिले तां गली बाती खातर नाल जुबान दे। दूजा मिले तां छेती करदा चारे खाण खवाण दे। जान यार जे मिले तू आपे जान यार नू मिली तू आपे झगड़े छड नुकसान दे। लख जे लख पवे लैना दिल उसदा जे लैना पवे तो लो दिल उसदा। देनी पवे तो जान दे फिर दुनिया दे फिर दुनिया तेरे लिए जन्नत अखां नाल ईमान दे फिर दुनिया तेरे लिए जन्नत अखां नाल ईमान दे। उस्ताद दामन साहब दियां इह लाइनां ने बहुत ही वधिया। इन्हां लाइनां नाल मैं हाजिर हाँ जगतार सिंह जगी। सब तो पहला जस पंजाबी देखने वाले ते पंजाबी माँ बोली नूं प्यार करन वाले प्यारे प्यारे पंजाबियों नूं मेरे वल्लों हमेशा दी तरह प्यार भरी सत श्री अकाल नमस्कार अदाब सलाम हैलो है ते नाल दी नाल बहुत बहुत निघा स्वागत अज दे इस लाइव शो दे विच। सोमवार दा लाइव शो है जी ते इस लाइव शो दे विच गल्लां बातां तकरीबन ਤੁਹਾਡੀਆਂ ਹੀ ਹੁੰਦੀਆਂ। ਮੇਰੀ ਗੱਲਬਾਤ ਸਿਰਫ ਇੰਨੀ ਕੁ ਹੁੰਦੀ ਆ ਕਿ ਮੈਂ ਕਿਸੇ ਨਾ ਕਿਸੇ ਮਹਾਨ ਹਸਤੀ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਥੋੜ੍ਹੀ ਦੇਰ ਵਾਸਤੇ। ਉਹਨਾਂ ਦੀਆਂ ਯਾਦਾਂ ਤਾਜ਼ਾ ਕਰਦੇ ਹਾਂ ਸੁਨਹਿਰੀ ਯਾਦਾਂ ਉਹਨਾਂ ਬਾਰੇ ਜਾਣਕਾਰੀ ਥੋੜ੍ਹੀ ਬਹੁਤ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਜਾਂ ਫਿਰ ਆਪਾਂ ਲੋਕ ਕਿੱਸੇ ਵੀ ਆਰੰਭੇ ਹੋਏ ਪਿਛਲੇ ਹਫ਼ਤੇ ਲੋਕ ਕਿੱਸਾ ਕੀਤਾ ਸੀ ਮੈਂ ਤਾਂ ਉਦੋਂ ਬਹੁਤ ਅੱਛਾ ਰਿਸਪੋਂਸ ਆਇਆ ਸੀਗਾ ਅਤੇ ਅੱਜ ਵੀ ਇੱਕ ਲੋਕ ਗਾਥਾ ਜਿਹੜੀ ਹੈਗੀ ਆ ਬਹੁਤ ਮਸ਼ਹੂਰ ਉਹਦੀ ਆਪਾਂ ਗੱਲ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮਰਜ਼ੀ ਚੱਲਦੀ ਹੁੰਦੀ ਜ਼ਿਆਦਾ ਰਿਮੋਟ ਜਿਹੜਾ ਤੁਹਾਡੇ ਹੱਥ 'ਚ ਹੁੰਦਾ ਰਿਮੋਟ ਤਾਂ ਵੈਸੇ ਵੀ ਤੁਹਾਡੇ ਹੱਥ 'ਚ ਹੀ ਹੁੰਦਾ ਜਦੋਂ ਕੋਈ ਮਾੜੀ ਮੋਟੀ ਗੱਲ ਹੋਵੇ ਤੁਸੀਂ ਚੈਨਲ ਚੇਂਜ ਕਰਦੇ ਹੋਵੋਗੇ ਪਰ ਪ੍ਰੋਗਰਾਮ ਦਾ ਰਿਮੋਟ ਅੱਜ ਦਿਨ ਤੁਹਾਡੇ ਹੱਥ 'ਚ ਹੁੰਦਾ ਕਿ ਤੁਸੀਂ ਆਪਣੀ ਮਰਜ਼ੀ ਦੀ ਗੱਲ ਕਹਿ ਸਕਦੇ ਹੋ ਮਰਜ਼ੀ ਦਾ ਕੁਝ ਸੁਣਨਾ ਸੁਣਾਉਣਾ ਚਾਹੁੰਦੇ ਹੋ ਤਾਂ ਉਹ ਹੋ ਸਕਦਾ ਕੋਈ ਵਿਸ਼ਾ ਜਿਹੜਾ ਉਹ ਮਰਜ਼ੀ ਦਾ ਰੱਖਣਾ ਚਾਹੁੰਦੇ ਹੋ ਤਾਂ ਉਹ ਹੋ ਸਕਦਾ। ਵਿਸ਼ੇ ਵੱਲ ਜਾਣ ਤੋਂ ਪਹਿਲਾਂ ਤਾਂ ਇੱਕ ਜਿਹੜੀ ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਉਹ ਜ਼ਰੂਰ ਕਰਨੀ ਚਾਹੁੰਦੇ ਹਾਂ ਕਿ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਵੈਕਸੀਨ ਜਿਹੜੀ ਆ ਉਹ ਧੜਾ ਧੜ ਲੱਗ ਰਹੀ ਆ ਆਪਣੀ ਅਮਰੀਕਾ ਦੀ ਗੱਲ ਕਰਦਾ ਮੈਂ। ਭਾਰਤ ਦੇ ਵਿੱਚ ਵੀ ਬੜੀ ਖੁਸ਼ੀ ਦੀ ਗੱਲ ਸੀ ਬੜੀਆਂ ਤਾੜੀਆਂ ਮਾਰੀਆਂ ਕਹਿੰਦੇ ਜੀ 1 ਕਰੋੜ ਲੋਕਾਂ ਦੇ ਵੈਕਸੀਨ ਲੱਗ ਗਈ। ਮੈਂ ਕਿਹਾ ਜੀ ਆ ਤਾਂ ਬਾਹਲੀ ਵਧੀਆ ਗੱਲ ਹੈ 1 ਕਰੋੜ ਦੇ ਲੱਗ ਗਈ ਤਾਂ ਮਤਲਬ ਜਿਹੜੇ 130-140 ਕਰੋੜ ਆ ਤਾਂ ਉਹ ਤਾਂ ਲੱਗੀ ਲੈ ਦੋ ਚੌਦਾਂ ਦਿਨਾਂ ਦੇ ਵਿੱਚ ਜੇ ਵੀ 1.5-2 ਮਹੀਨੇ 1 ਕਰੋੜ ਦੇ ਲੱਗ ਗਈ ਆ ਤਾਂ। ਸੋ ਭਾਰਤ ਦੀ ਗੱਲ ਹੋਰ ਹੈ ਮੈਂ ਅਮਰੀਕਾ ਦੀ ਗੱਲ ਕਰਾਂ। ਅਮਰੀਕਾ ਦੀਆਂ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਵੈਕਸੀਨ ਲੱਗ ਰਹੀ ਹੈ ਪਰ ਬਹੁਤ ਸਾਰੀ ਸਟੇਟਸ ਦੇ ਵਿੱਚ 50% ਤੱਕ ਲੋਕ ਜਿਹੜੇ ਆ ਉਹ ਵੈਕਸੀਨ ਲਵਾ ਨਹੀਂ ਰਹੇ। ਸੋ ਵੈਕਸੀਨ ਲਵਾਓ ਜ਼ਰੂਰੀ। ਇੱਕ ਮੈਂ ਵਿਆਹ ਦੀ ਗੱਲ ਸੁਣ ਰਿਹਾ ਸੀਗਾ ਉਹਦੇ 'ਚ ਵੀ ਬੜੀ ਵਧੀਆ ਮੈਨੂੰ ਗੱਲ ਲੱਗੀ ਸਾਡੇ ਜਾਣ ਪਛਾਣ ਦੇ ਸੀਗੇ ਅਤੇ ਕਹਿੰਦੇ ਜੀ ਉਹਨਾਂ ਨੇ ਉੱਥੇ ਬਿਠਾ ਰੱਖਿਆ ਟੈਸਟ ਕਰਨ ਵਾਲਾ ਜਿਹੜਾ 15 ਮਿੰਟ ਦਾ ਟੈਸਟ ਕਰਦੇ ਉੱਥੇ ਬਿਠਾ ਰੱਖਿਆ ਟੈਸਟ ਕਰਕੇ ਅਤੇ ਫਿਰ ਅੰਦਰ ਜਾਣ ਦਿੰਦੇ ਪਰ ਟੈਂਪਰੇਚਰ ਤਾਂ ਆਪਾਂ ਆਮ ਹੀ ਚੈੱਕ ਕਰਦੇ ਹਾਂ। ਉਹਨਾਂ ਨੇ ਕੋਵਿਡ ਟੈਸਟ ਕਰਨ ਵਾਸਤੇ ਵੀ ਬੰਦਾ ਰੱਖਿਆ ਹੋਇਆ ਚੰਗੀ ਗੱਲ ਹੈ ਬਚਾਅ ਵਿੱਚ ਹੀ ਬਚਾਅ ਆ। ਕਈ ਵਾਰੀ ਅਸੀਂ ਓਵਰ ਕੌਨਫੀਡੈਂਸ ਦੇ ਵਿੱਚ ਅਸੀਂ ਕੋਈ ਵੀ ਫੈਸਲਾ ਨਹੀਂ ਲੈਂਦੇ ਜਾਂ ਮਾਸਕ ਨਹੀਂ ਪਾਉਂਦੇ ਤਾਂ ਉਦੋਂ ਬਾਅਦ ਪ੍ਰੋਬਲਮ ਆ ਸਕਦੀ ਹੈ ਪਰ ਫਿਲਹਾਲ ਤੱਕ ਤਾਂ ਇਹੀ ਹੈ ਕਿ ਜੇ ਸਾਡੇ ਵੈਕਸੀਨ ਲੱਗੀ ਹੋਈ ਆ ਤਾਂ ਖਤਰਾ ਸਾਡਾ ਬਹੁਤ ਘੱਟ ਜਾਂਦਾ ਜਾਣੀ ਕਿ ਸਿੱਧੀ ਧੁਰ ਦੀ ਜਿਹੜੀ ਟਿਕਟ ਆ ਉਹ ਕੱਟਣ ਦਾ ਖਤਰਾ ਘੱਟ ਜਾਂਦਾ। ਊਂ ਐਂ ਬੁਖਾਰ ਬਖੂਰ ਮਾੜਾ ਮੋਟਾ ਹੋ ਸਕਦਾ ਜ਼ੁਕਾਮ ਜ਼ੁਕੂਮ ਹੋ ਸਕਦਾ ਪਰ ਜਾਨ ਨੂੰ ਖਤਰਾ ਉਹਦੇ ਨਾਲ ਬਹੁਤ ਘੱਟ ਰਹਿੰਦਾ। ਅਤੇ ਫਿਰ ਵੀ ਭਾਈ ਜੀ ਦੀ ਵਧੀ ਨਹੀਂ ਹੈਗੀ ਅਤੇ ਉਹਨੂੰ ਕੋਈ ਕੁਛ ਨਹੀਂ ਕਰ ਸਕਦਾ ਉਹ ਤਾਂ ਚਾਹੇ ਕੋਵਿਡ ਹੈ ਵੀ ਹੈ ਚਾਹੇ ਨਹੀਂ ਵੀ ਹੈਗੀ ਹਮੇਸ਼ਾ ਆਪਾਂ ਗੱਲ ਕਰੀਦੀ ਹੈ ਪਰ ਜਿਸ ਕੋ ਰੱਖੇ ਸਾਈਆਂ ਉਸੇ ਮਾਰ ਸਕੇ ਨਾ ਕੋਈ ਪਰ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਧਿਆਨ ਰੱਖੀਏ। ਅਗਲੀ ਗੱਲ ਕਰ ਲਈਏ ਚਲੋ ਅੱਜ ਭਾਰਤ ਦੇ ਵਿੱਚ ਤਾਂ ਮੇਰੇ ਖਿਆਲ ਦਿਨ ਲੰਘ ਗਿਆ ਅੱਜ ਦੇ ਦਿਨ ਅੱਜ ਇੱਥੋਂ ਦੇ ਅਮਰੀਕਾ ਦੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਬਹੁਤ ਸਾਰੇ ਮੰਦਰਾਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਔਰ ਕਹਿੰਦੇ ਕ੍ਰਿਸ਼ਨ ਜੀ ਦੇ ਜਨਮ ਦਿਨ ਦੇ ਹੁੰਦੀ ਹੈ ਜਨਮ ਅਸ਼ਟਮੀ ਕ੍ਰਿਸ਼ਨ ਜੀ ਜਿਨ੍ਹਾਂ ਬਾਰੇ ਕਹਿੰਦੇ ਵੀ ਉਹ ਮੱਖਣ ਚੋਰੀ ਕਰਦੇ ਸੀ ਜਾਂ ਉਹਦੇ ਪਿੱਛੇ ਵੀ ਕੋਈ ਨਾ ਕੋਈ ਲੌਜਿਕ ਹੋਏਗਾ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਲੌਜਿਕ ਹੁੰਦਾ ਅਸੀਂ ਬਾਅਦ ਦੇ ਵਿੱਚ ਇਤਿਹਾਸ ਦਾ ਇਤਿਹਾਸ ਹੋਰ ਬਣਾ ਲੈਂਦੇ ਹਾਂ ਪਰ ਉਹ ਕਹਿੰਦੇ ਵੀ ਅਸੀਂ ਵਿਸ਼ਾ ਵੀ ਰੱਖਿਆ ਸੀ ਕਿ ਘਰ ਮੇ ਮੱਖਣ ਮਿਲੇ ਤੋਂ ਬਾਹਰ ਕਿਉਂ ਜਾਏ ਨੰਦ ਲਾਲਾ ਕਿ ਹਰ ਇਹ ਸਾਰੀਆਂ ਗੱਲਾਂ 'ਤੇ ਗੱਲ ਟੁੱਕਦੀ ਹੈ ਕਿ ਸਾਨੂੰ ਘਰ ਦੇ ਵਿੱਚ ਰੁਜ਼ਗਾਰ ਮਿਲੇ ਸਾਡੇ ਮੁਲਕ ਦੇ ਵਿੱਚ ਤਾਂ ਅਸੀਂ ਬਾਹਰਲੇ ਮੁਲਕਾਂ 'ਚ ਕਿਉਂ ਭੱਜੀਏ ਸਾਨੂੰ ਘਰ ਦੇ ਵਿੱਚ ਹੀ ਪਿਆਰ ਸਤਿਕਾਰ ਮਿਲੀਏ ਤਾਂ ਅਸੀਂ ਹੋਰ ਪਾਸੇ ਕਿਉਂ ਭੱਜੀਏ। ਸੋ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਇਹ ਚੰਗੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਅੱਜ ਦੇ ਦਿਨ ਵੀ ਲੋਕ ਕਰਦੇ ਨੇ।
ਦੂਜੀ ਗੱਲ ਕਰ ਲਈਏ ਜੀ, ਆਪਾਂ ਗੱਲ ਕੀਤੀ ਸੀ ਪਿੱਛੇ ਜੇ ਵੀ ਦੋ ਭਲਵਾਨਾਂ ਦਾ ਘੋਲ ਹੋ ਰਿਹਾ ਅਤੇ ਇੱਕ ਭਲਵਾਨ ਉੱਤੇ ਆ ਜਾਂਦਾ, ਇੱਕ ਥੱਲੇ ਚਲ ਜਾਂਦਾ, ਅਤੇ ਪਿੱਛੇ ਜੇ ਕੈਪਟਨ ਸਾਹਿਬ ਨੇ ਬੜੀ ਵੱਡੀ ਪਾਰਟੀ ਮਾਰ ਕੇ ਉੱਪਰ ਸਿੱਧੂ ਸਾਹਿਬ ਨੂੰ ਥੱਲੇ ਦੱਬਿਆ ਸੀ, 57-58 ਵਿਧਾਇਕ ਇਕੱਠੇ ਕਰਕੇ ਅਤੇ ਨਾਲ MP ਇਕੱਠੇ ਕਰਕੇ, ਪਰ ਉਦੋਂ ਬਾਅਦ ਪ੍ਰਗਟ ਸਿੰਘ ਦਾ ਇੱਕ ਬਿਆਨ ਆਇਆ ਸੀਗਾ ਕਿ ਹਰੀਸ਼ ਰਾਵਤ ਸਾਹਿਬ ਨੂੰ ਕਿਹਨੇ ਪਾਵਰ ਦਿੱਤੀ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਡਿਕਲੇਅਰ ਕਰ ਸਕੇ, ਔਰ ਇਹਦੀ ਏਡੀ ਵੱਡੀ ਵੱਡੇ ਪੱਧਰ ਤੱਕ ਇਹਦੀ ਗੱਲ ਹਾਈਕਮਾਂਡ ਕੋਲ ਪਹੁੰਚੀ ਹੈ ਕਿ ਹਰੀਸ਼ ਰਾਵਤ ਨੂੰ ਦੁਬਾਰਾ ਬਿਆਨ ਦੇਣਾ ਪਿਆ। ਜੀ ਮੈਂ ਇਹ ਨਹੀਂ ਕਿਹਾ ਸੀ ਵੀ ਮੁੱਖ ਮੰਤਰੀ ਕੈਪਟਨ ਹੈ, ਮੈਂ ਕਿਹਾ ਸੀ ਵੀ ਕੈਪਟਨ ਦੀ ਉਹਦੇ ਨਾਲ ਚੋਣਾਂ ਲੜੀਆਂ ਜਾਣਗੀਆਂ, ਪਰ ਚੋਣਾਂ ਜਿਹੜੀਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਇਹਨਾਂ ਦੇ ਨਾਲ ਨਾਲ ਇਸ ਵਾਰ ਮਨਮੋਹਨ ਸਿੰਘ ਜੀ ਵੀ ਅਤੇ ਨਾਲ ਕੈਪਟਨ ਸਾਹਿਬ, ਨਾਲ ਸਿੱਧੂ ਸਾਹਿਬ ਅਤੇ ਨਾਲ ਈਵਨ ਪ੍ਰਗਟ ਸਿੰਘ ਦੇ ਨਾਂ 'ਤੇ ਵੀ ਚੋਣਾਂ ਲੜੀਆਂ ਜਾਣਗੀਆਂ। ਹੁਣ ਇਹਦਾ ਗਾਂਹ ਕੀ ਪ੍ਰਭਾਵ ਪੈਂਦਾ ਕੀ ਨਹੀਂ ਪਤਾ, ਇਹ ਨਹੀਂ ਪਤਾ, ਪਰ ਇੱਕ ਵਾਰ ਫਿਰ ਪਲਟੀ ਜਿਹੜੀ ਹੈ ਉਹ ਸਿੱਧੂ ਸਾਹਿਬ ਨੇ ਮਾਰੀ ਹੈ। ਅਤੇ ਵੈਸੇ ਚੰਗੀ ਗੱਲ ਹੈ, ਹੁਣ ਕੈਪਟਨ ਸਾਹਿਬ ਨੂੰ ਵੀ ਚਾਹੀਦਾ ਭਾਈ ਬਥੇਰਾ ਖਾ ਕੱਟ ਲਿਆ ਅਤੇ ਹੁਣ ਭਾਈ ਉਹਨੂੰ ਗਾਂਹ ਅੱਗੇ ਆਉਣ ਦਿਓ, ਹੋ ਸਕਦਾ ਸੰਭਾਵਨਾ ਤਾਂ ਕਾਫੀ ਹੈ, ਚਲੋ ਬੋਲਦਾ ਜ਼ਿਆਦਾ ਹੈ ਪਰ ਊਂ ਸੰਭਾਵਨਾ ਕਾਫੀ ਹੈ ਵੀ ਪੰਜਾਬ ਦਾ ਕੋਈ ਸੋਚ ਸਕਦਾ, ਹੋ ਸਕਦਾ ਕੋਈ ਚੰਗਾ ਹੋ ਜਾਏ। ਅਤੇ ਦੂਜੇ ਪਾਸੇ ਉਹਨੇ ਵੀ ਕਿਹਾ ਸੀ ਵੀ ਜੇ ਭਾਈ ਮੇਰੀ ਗੱਲ ਨਾ ਮੰਨੀ, ਪਤਾ ਨਹੀਂ ਇਸ ਗੱਲ ਤੋਂ ਬਾਅਦ ਹੀ ਹਰੀਸ਼ ਰਾਵਤ ਨੇ ਬਿਆਨ ਬਦਲਿਆ ਵੀ ਮੇਰੀ ਜੇ ਫੈਸਲੇ ਲੈਣ ਦਾ ਮੈਨੂੰ ਨਾ ਹੋਇਆ ਅਧਿਕਾਰ ਤਾਂ ਮੈਂ ਇੱਟ ਨਾਲ ਇੱਟ ਖੜਕਾ ਦੂੰ, ਮੈਨੂੰ ਲੱਗਦਾ ਸਿੱਧੂ ਸਾਹਿਬ ਵੀ ਦੋ ਇੱਟਾਂ ਚੱਕੀ ਫਿਰਦੇ ਕਿਸ ਹੱਦ ਚੱਕ ਆ ਉਸ ਹੱਦ 'ਚ ਜਿੱਦਣ ਲੱਗਿਆ ਤਾਂ ਉਹਨਾਂ ਨੇ ਆਪਸ 'ਚ ਉੱਥੇ ਖੜਕਾ ਰਹੀ ਹੈ। ਪਰ ਇਹ ਮੁਹਾਵਰੇ ਦੀ ਮੈਨੂੰ ਗੱਲ ਸਮਝ ਨਹੀਂ ਆਈ ਵੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਇਹਦਾ ਮਤਲਬ ਕੀ ਹੈ, ਇੱਟ ਨਾਲ ਇੱਟ ਖੜਕਾਉਣ ਦਾ। ਵੈਸੇ ਸਾਡਾ ਸਿੱਧਾ ਸਿੱਧਾ ਸਾਡੇ ਦਿਮਾਗ ਦੇ ਵਿੱਚ ਜਾਂਦਾ ਬਈ ਫੱਟੇ ਚੱਕ ਦੂੰ, ਠੋਕੋ ਤਾਲੀ ਕਹਿ ਦਿਓ ਜਾਂ ਅਤੇ, ਪਰ ਇਹ ਵੀ ਸਿੱਧਾ ਇਹ ਵੀ ਅਗਲੇ ਦੀ ਇੱਟ ਨਾਲ ਇੱਟ ਖੜਕਾਉਣੀ ਉਹਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਣਾ। ਸੋ ਇਹਦੇ ਬਾਰੇ ਆਪਾਂ ਫਿਰ ਕਿਸੇ ਦਿਨ ਗੱਲ ਕਰਾਂਗੇ, ਅੱਜ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਸੁਖਬੀਰ ਬਾਦਲ ਸਾਹਿਬ ਧੜਾ ਧੜ ਧੜਾ ਧੜ ਕੈਂਡੀਡੇਟ ਅਨਾਊਂਸ ਕਰੀ ਜਾਂਦੇ ਆ, ਚੰਗੀ ਗੱਲ ਵੀ ਹੈ ਇੱਕ ਪੱਖੋਂ ਤਾਂ, ਅਤੇ ਦੂਜੇ ਪੱਖੋਂ ਜਿਹੜਾ ਹੈਗਾ ਮਲੂਕਾ ਸਾਹਿਬ ਨੇ ਕਿਹਾ ਵੀ ਮੇਰਾ ਮੁੰਡਾ ਚੋਣ ਲੜੂਗਾ, ਇਹ ਹੁਣ ਮੈਨੂੰ ਇਹ ਨਹੀਂ ਸਮਝ ਆਇਆ ਵੀ ਪਹਿਲਾਂ ਸਲਾਹ ਸਲੂਹ ਨਹੀਂ ਕੀਤੀ ਭਾਈ, ਟਿਕਟ ਤੈਨੂੰ ਦੇਣੀ ਹੈ ਅਤੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਸੁਖਬੀਰ ਬਾਦਲ ਸਾਹਿਬ ਨੂੰ ਨਹੀਂ ਕਿਹਾ ਹੋਊਗਾ ਵੀ ਭਾਈ ਨਹੀਂ ਤੂੰ ਇਸ ਵਾਰ ਮੇਰੇ ਮੁੰਡੇ ਨੂੰ ਟਿਕਟ ਦੇ ਦਿਓ, ਅਤੇ ਪਰ ਇਹ ਮੀਡੀਆ ਦੇ ਵਿੱਚ ਆ ਕੇ ਪਤਾ ਲੱਗਾ, ਮੀਡੀਏ ਕੋਲੋਂ ਹੀ ਟਿਕਟ ਦਾ ਪਤਾ ਲੱਗਿਆ ਮਲੂਕਾ ਸਾਹਿਬ ਦੀ, ਅਤੇ ਮੀਡੀਆ ਕੋਲੋਂ ਇਹ ਪਤਾ ਲੱਗਾ ਕਿ ਮਲੂਕਾ ਸਾਹਿਬ ਕਹਿੰਦੇ ਵੀ ਨਹੀਂ ਭਾਈ ਇਸ ਵਾਰ ਟਿਕਟ ਜਿਹੜੀ ਆ ਮੇਰੇ ਮੁੰਡੇ ਨੂੰ ਦੇ ਦਿਓ। ਚਲੋ ਆਪਾਂ ਅੱਜ ਗੱਲ ਕਰਦੇ, ਅਸੀਂ ਲੋਕ ਕਿੱਸਾ ਪਿਛਲੇ ਜੂਣਾ ਮੋੜ ਕੀਤਾ ਸੀ ਪਿਛਲੇ ਸੋਮਵਾਰ, ਤਾਂ ਅੱਜ ਵੀ ਮੈਂ ਲੋਕ ਕਿੱਸਾ ਹੀ ਲਿਆਇਆ, ਔਰ ਲੋਕ ਕਿੱਸਾ ਪਹਿਲਾਂ ਵੀ ਅਸੀਂ ਕਈ ਵਾਰੀ ਸਾਂਝਾ ਕੀਤਾ, ਪਰ ਇਹ ਚੀਜ਼ਾਂ ਅਸੀਂ ਵਾਰ ਵਾਰ ਵੀ ਸਾਂਝੇ ਕਰਦੇ ਰਹੀਏ ਤਾਂ ਵੀ ਕੋਈ ਮਾੜੀ ਗੱਲ ਨਹੀਂ। ਅਤੇ ਦੂਜੀ ਗੱਲ ਇਹ ਹੈ ਕਿ ਸਾਨੂੰ ਫਰਮਾਇਸ਼ ਕੀਤੀ ਕਿਸੇ, ਸਾਨੂੰ ਔਨਲਾਈਨ ਵੀ ਇੱਕ ਦਿਨ ਕਿਸੇ ਨੇ ਕਿਹਾ ਸੀਗਾ ਵੀ ਭਾਈ ਇਹਦੀ ਤੁਸੀਂ ਗੱਲ ਨਹੀਂ ਕੀਤੀ, ਹਾਲਾਂਕਿ ਗੱਲ ਆਪਾਂ ਕੀਤੀ ਹੁੰਦੀ, ਹੁਣ ਇਹੋ ਜਿਹੀ ਗੱਲ ਕਿਹੜੀ ਰਹਿ ਗਈ ਜਿਹੜੀ ਆਪਾਂ 8-9 ਸਾਲਾਂ 'ਚ ਨਹੀਂ ਕੀਤੀ, ਅਤੇ ਗੱਲਾਂ ਤਾਂ ਆਪਾਂ ਕਰਦੇ ਰਹੀਦਾ। ਅਤੇ ਪਰ ਚਲੋ ਉਹ ਗੱਲ ਸੀਗੀ ਵੀ ਕਹਿੰਦੇ ਵੀ ਗੁਰਮੀਤ ਬਾਬਾ ਦੀ ਜੁਗਨੀ ਦਾ ਤੁਸੀਂ ਦਿਖਾਇਓ ਗਾਣਾ, ਉਸ ਕਿਹਾ ਚਲੋ ਉਹ ਤਾਂ ਦਿਖਾ ਦਾਂਗੇ, ਉਹ ਕਹਿੰਦੇ ਵੀ ਨਾਲ ਜੁਗਨੀ ਜਿਹੜੀ ਹੈ ਉਹਦਾ ਕੋਈ ਇਤਿਹਾਸ ਤੁਹਾਨੂੰ ਪਤਾ ਹੋਵੇ ਤਾਂ ਉਹ ਵੀ ਜ਼ਰੂਰ ਦੱਸਿਓ। ਅਤੇ ਇਤਿਹਾਸ ਜਿਹੜਾ ਮੈਂ ਇੱਕ ਪੜ੍ਹ ਰਿਹਾ ਸੀ ਕਿਤੇ, ਕੋਈ ਕਰਮਜੀਤ ਸਿੰਘ ਉਹਨਾਂ ਨੇ ਕੋਈ ਲਿਖਿਆ ਸੀ ਅੰਗਰੇਜ਼ੀ ਦੇ ਵਿੱਚ ਲੇਖ, ਉਹਨਾਂ ਨੇ ਡਿਟੇਲ ਦੱਸੀ ਸੀ ਵੀ 1969 ਦੇ ਵਿੱਚ ਕੋਈ ਬੰਦਾ ਪਾਕਿਸਤਾਨ ਗਿਆ ਸੀਗਾ ਅਤੇ ਉੱਥੋਂ ਉਹਨੂੰ ਜਿਹੜੀ ਇਹਦੀ ਜਾਣਕਾਰੀ ਮਿਲੀ ਉਹਨੇ ਉਹ ਸਾਂਝੀ ਕੀਤੀ ਸੀ। ਅਦਰਵਾਈਜ਼ ਜੁਗਨੀ ਦੀ ਗੱਲ ਕਰੀਏ, ਅਸੀਂ ਆਲਮ ਲਹਾਰ ਤੋਂ ਲੈ ਕੇ ਸਾਰੇ ਕਲਾਕਾਰਾਂ ਨੇ ਗਾਈ ਆ, ਅਤੇ ਮੁੜ ਕੇ ਗੁਰਮੀਤ ਬਾਬਾ ਸਾਹਿਬ ਦੀ ਜੁਗਨੀ ਬਹੁਤ ਮਸ਼ਹੂਰ ਹੋਈ ਹੈ, ਗੁਰਮੀਤ ਬਾਬਾ ਜੀ ਦੀ ਹੇਕ ਲੰਬੀ ਜਿਹੜੀ ਜੁਗਨ ਦੇ ਵਿੱਚ ਲਾਈ ਆ। ਸੋ ਅੱਜ ਇੱਕ ਤਾਂ ਜੁਗਨੀ ਤੁਹਾਡੇ ਨਾਲ ਸਾਂਝੀ ਕਰਾਂਗੇ, ਜੁਗਨੀ ਦੇ ਗੀਤ ਜਿਹੜੇ ਹੈਗੇ ਨੇ ਉਹ ਸਾਂਝੇ ਕਰਾਂਗੇ, ਅਤੇ ਨਾਲ ਨਾਲ ਕੋਸ਼ਿਸ਼ ਇਹ ਕਰਦੇ ਹਾਂ ਕਿ ਉਹਦੇ ਬਾਰੇ ਜਾਣਕਾਰੀ ਵੀ ਅਸੀਂ ਦੁਬਾਰਾ ਫਿਰ ਤੁਹਾਡੇ ਨਾਲ ਸਾਂਝੀ ਕਰ ਲਈਏ। ਗੀਤਾਂ ਦੇ ਵਿੱਚ ਜੁਗਨੀ ਹੈ, ਜੁਗਨੀ ਇੱਕ ਕਰੈਕਟਰ ਬਣਾਇਆ ਗਿਆ, ਜੁਗਨੀ ਜਾਵੜੀ ਜਲੰਧਰ, ਜੁਗਨੀ ਜਾਵੜੀ ਮੇਮਾ ਅੰਦਰ, ਉੱਥੇ ਮਹਿੰਗੇ ਵਿਕਣ ਸਿਲੰਡਰ, ਉੱਥੇ ਐਮ ਬਾਅਦ ਦੇ ਵਿੱਚ ਹਰ ਇੱਕ ਨੇ ਆਪੋ ਆਪਣੇ ਹਿਸਾਬ ਨਾਲ ਜੁਗਨੀ ਬਣਾ ਲਈ, ਜਿਹਨੂੰ ਜਿੱਦਾਂ ਚੰਗੀ ਲੱਗੀ ਉਹਨੇ ਬਣਾ ਲਈ, ਕਿਸੇ ਨੇ ਕੋਈ ਆਸਟ੍ਰੇਲੀਆ ਦੀ ਜੁਗਨੀ ਬਣਾ ਲਈ, ਕਿਸੇ ਨੇ ਬਣਾ ਲਈ, ਕਿਸੇ ਨੇ ਬਣਾ ਕੇ ਆਪੋ ਆਪਣੀਆਂ ਜੁਗਨੀਆਂ ਪੇਸ਼ ਕੀਤੀਆਂ। ਅਤੇ ਪੀਰ ਮੇਰਿਆ ਜੁਗਨੀ ਅਸਲ 'ਚ ਇਹ ਸੀ ਜਿਵੇਂ ਉਹਨਾਂ ਨੇ ਜਿਹੜੀ ਲਿਖੀ ਸੀ ਉਦੋਂ ਉਸ ਵੇਲੇ ਜਿਹੜੀ ਹੁੰਦੀ ਸੀ ਜੁਗਨੀ, ਉਹਦੀਆਂ ਕੁਛ ਲਾਈਨਾਂ ਜਿਹੜੀਆਂ ਇਹ ਹੈ ਕਿ ਜੁਗਨੀ ਜਾਵੜੀ ਮਜੀਠੇ ਕੋਈ ਰੰਨ ਨਾ ਚੱਕੀ ਪੀਠੇ, ਜੁਗਨੀ ਜਾਵੜੀ ਮਜੀਠੇ ਕੋਈ ਰੰਨ ਨਾ ਚੱਕੀ ਪੀਠੇ, ਪੁੱਤ ਗੱਭਰੂ ਦੇਸ਼ ਦੇ ਮਾਰੇ ਰੋਵਣ ਅੱਖੀਆਂ ਪਰ ਬੁੱਲ ਸੀਤੇ, ਉਹ ਪੀਰ ਮੇਰਿਆ ਉਹ ਜੁਗਨੀ ਆਈ ਆਏ ਕਿਹੜੀ ਜੋਤ ਲਿਆਈ ਆ। ਜੋਤ ਤੋਂ ਭਾਵ ਹੈਗਾ ਕਿ ਮਸ਼ਾਲ ਜਿਹੜੇ ਉੱਥੇ ਸੀਗੇ ਜੀ 1969 ਦੇ ਵਿੱਚ ਜਿਹੜਾ ਬੰਦਾ ਗਿਆ ਸੀ ਉਹ ਕਹਿੰਦੇ ਵੀ ਉੱਥੇ ਇੱਕ ਤਾਂ ਉਹ ਮਿਲੇ ਸੀਗੇ ਬਾਬਾ ਮੱਖਣ ਸਿੰਘ ਸੀਗੇ,
ਜੈ ਢਾਡੀ ਜੈਮਲ ਸਿੰਘ ਪਿੰਡ ਹੈਗਾ ਉਹਨਾਂ ਦੇ ਪਿੰਡ ਦੇ ਬਾਬਾ ਮੱਖਣ ਸਿੰਘ ਜੀ 1975 ਦੇ ਵਿੱਚ ਜਿਨ੍ਹਾਂ ਨੇ ਇਹ ਗੱਲਬਾਤ ਦੱਸੀ ਹੈ। ਅਤੇ ਦੂਜਾ ਇੱਕ ਸੀਗੇ ਪੰਡਿਤ ਦੀਵਾਨ ਸਿੰਘ ਖਡੂਰ ਸਾਹਿਬ ਦੇ ਕੋਈ ਸੀਗੇ, ਉਹਨਾਂ ਨੇ ਉਹਨਾਂ ਦੀ ਜ਼ੁਬਾਨੀ ਜਿਹੜੀ ਗੱਲ ਸੀ ਉਦੋਂ ਬਜ਼ੁਰਗ ਸੀਗੇ ਬਹੁਤ, ਜਦੋਂ ਉਹਨਾਂ ਨੂੰ ਪੁੱਛਿਆ ਗਿਆ 1969 ਦੇ ਵਿੱਚ, ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਜੁਗਨੀ ਹੈ 1906 ਦੇ ਵਿੱਚ ਹੋਣ ਦੇ ਵਿੱਚ ਆਈ। 1906 ਦੇ ਵਿੱਚ ਇੱਕ ਤਾਂ ਕਿਸਾਨ ਅੰਦੋਲਨ ਜਿਹੜਾ ਸੀ ਭਗਤ ਸਿੰਘ ਉਹਨਾਂ ਦੇ ਚਾਚੇ ਹੋਣਾਂ ਦਾ ਸੀਗਾ ਜਿਹੜਾ ਬਹੁਤ ਵੱਡੇ ਪੱਧਰ 'ਤੇ ਚੱਲਿਆ ਸੀ ਉਹ ਆਇਆ ਸੀ। ਦੂਜੀ ਜੁਗਨੀ ਜਿਹੜੀ ਹੈ ਉਹ 1906 ਦੇ ਵਿੱਚ ਆਈ ਹੈ, ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ। ਅਤੇ ਬਿਸ਼ਨਾ ਅਤੇ ਮੰਡਾ ਦੋ ਦੋਸਤ ਸੀਗੇ ਲਗਭਗ, ਉਹਨਾਂ ਦੀ ਉਮਰ 1906 ਦੇ ਵਿੱਚ 50 ਸਾਲ ਦੀ ਸੀ, 45 ਤੋਂ 50 ਸਾਲ ਦੱਸੀ ਜਾਂਦੀ ਹੈ। ਮੰਡਾ ਜਿਹੜਾ ਉਹ ਮੁਸਲਮਾਨ ਸੀ, ਮਰਾਸੀ ਘਰਾਣੇ 'ਚੋਂ ਸੀਗਾ, ਮੁਹੰਮਦ ਉਹਦਾ ਨਾਂ ਸੀ ਵੈਸੇ। ਬਿਸ਼ਨਾ ਜੱਟ ਫੈਮਿਲੀ ਤੋਂ ਸੀ ਦੋਵੇਂ, ਵੈਸੇ ਪਹਿਲਾਂ ਮਿਰਜ਼ਾ ਵਗੈਰਾ ਟੱਪੇ ਵਗੈਰਾ ਗਾਉਂਦੇ ਸੀਗੇ, ਪਰ 1906 ਦੇ ਵਿੱਚ ਉਹਨਾਂ ਨੇ ਇੱਕ ਐਸੀ ਜੁਗਨੀ ਗਾਈ ਜਿਹਨੇ ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮਚਾਤੀ। ਹਾਲਾਂਕਿ ਉਦੋਂ ਮੀਡੀਆ ਨਹੀਂ ਸੀ ਹੁੰਦਾ, ਮਾਊਥ ਟੂ ਮਾਊਥ ਹੀ ਗੱਲ ਜਾਂਦੀ ਸੀ। ਕਿਹਾ ਇਹ ਜਾਂਦਾ ਵੀ 1906 ਦੇ ਵਿੱਚ ਕੋਈ 50 ਸਾਲ ਪੂਰੇ ਹੋਣੇ ਸੀ ਜਿਹੜੇ ਕਿ ਦੁਨੀਆ ਦੇ ਬਾਹਲੇ ਹਿੱਸਿਆਂ 'ਤੇ ਬ੍ਰਿਟਿਸ਼ ਦਾ ਰਾਜ ਸੀਗਾ, ਬ੍ਰਿਟਿਸ਼ ਵਾਲਾ ਰਾਜ ਸੀ, ਅਤੇ ਉਹਦੇ 50 ਸਾਲ ਕਿਸੇ ਇੱਕ ਹਿੱਸੇ ਦੇ ਪੂਰੇ ਹੋਣੇ ਸੀ। ਤੋ ਇੰਡੀਆ ਦੇ ਉਹ ਸਾਰੇ ਜਗ੍ਹਾ ਜਗ੍ਹਾ 'ਤੇ ਸਿਟੀ ਟੂ ਸਿਟੀ ਉਹਨਾਂ ਨੇ ਮਿਸਾਲ ਬਣਾਈ, ਇੱਕ ਬਹੁਤ ਵੱਡੇ ਗੋਲਡਨ ਸੋਨੇ ਦਾ ਬਣਾਇਆ, ਉਹ 'ਚ ਮਿਸਾਲ ਬਣਾਈ, ਅਤੇ ਉਹਨੂੰ ਲੈ ਕੇ ਸਿਟੀ ਟੂ ਸਿਟੀ ਜਾਂਦੇ ਸੀ ਜੈਲਦਾਰਾ ਕੋਲ, ਲੰਬੜਦਾਰਾ ਕੋਲ। ਅਤੇ ਪਰ ਉਦੋਂ ਇਹਨਾਂ ਨੇ ਇਹ ਜੁਗਨੀ ਗਾਈ ਸੀਗੀ ਉਹਦੇ ਅਗੇਂਸਟ, ਮਤਲਬ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਇਹ ਜੁਗਨੀ ਜਿਹੜੀ ਹੈ, ਜੁਬਲੀ ਉਹਦਾ ਨਾਂ ਸੀ ਅਸਲ ਦੇ ਵਿੱਚ, ਜੁਗਨੀ ਬਾਅਦ ਦੇ ਵਿੱਚ ਗੀਤਾਂ 'ਚ ਬਣੀ, ਵੀ ਇਹ ਜੁਬਲੀ ਜਿਹੜੀ ਹੈ ਇਹ ਸਾਡੇ ਵਾਸਤੇ ਬਹੁਤ ਖਤਰਨਾਕ ਆ, ਸਾਡੇ 'ਤੇ ਰਾਜ ਕਰਦੀ ਹੈ ਅੰਗਰੇਜ਼ ਕੌਮ, ਅਤੇ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਉਹ ਉਹਨਾਂ ਨੇ ਜੁਗਨੀ ਸ਼ੁਰੂ ਕੀਤੀ ਸੀਗੀ। ਅਤੇ ਉਹ ਜੁਗਨੀ ਦਾ ਜਿਹੜਾ ਅਸੀਂ ਸਭ ਤੋਂ ਪੁਰਾਣੀ ਜੁਗਨੀ ਸਮਝਦੇ ਹਾਂ, ਉਹ ਸਮਝਦੇ ਅਸੀਂ ਆਲਮ ਲੁਹਾਰ ਦੀ, ਵੀ ਆਲਮ ਲੁਹਾਰ ਸਾਹਿਬ ਨੇ ਜਿਹੜੀ ਪੁਰਾਣੀ ਜੁਗਨੀ ਸਭ ਤੋਂ ਪਹਿਲਾਂ ਗਾਈ ਹੈ, ਉਸ ਤੋਂ ਬਾਅਦ ਬਹੁਤ ਕਲਾਕਾਰਾਂ ਨੇ ਗਾਈ ਆ। ਬੜੀ ਵਧੀਆ ਗੱਲ ਮੈਂ ਸੁਣ ਰਿਹਾ ਸੀ ਕਿਸੇ ਦੀ, ਪਾਕਿਸਤਾਨ ਦਾ ਬੰਦਾ ਕਹਿੰਦਾ ਸੀ ਵੀ ਵੱਡੇ, ਉਹਨਾਂ ਨੇ ਖਬਰ ਦੱਸੀ ਵੀ 226 ਜਿਹੜੇ ਅਰਬਪਤੀ ਆ ਉਹ ਖਤਮ ਹੋ ਗਏ ਕੋਵਿਡ ਕਰਕੇ। ਉਹ ਕਹਿੰਦਾ ਜੀ 226 ਕੀ, 226,000 ਵੀ ਹੋ ਜਾਣ ਤਾਂ ਵੀ ਕੋਈ ਫਰਕ ਨਹੀਂ ਪੈਣਾ, ਅਰਬਪਤੀ ਖਤਮ ਹੋਣ, ਕਲਾਕਾਰ ਐਂਕਰ ਸ਼ੈਂਕਰ ਟੀਵੀਆਂ ਟੂਵੀਆਂ ਵਾਲੇ ਜੇ ਵਾ, ਤੂੰ ਸਾਰੀ ਦੁਨੀਆ ਉੱਦਾਂ ਹੀ ਚੱਲੀ ਜਾਣੀ ਆ। ਪਰ ਜੇ ਕਿਸਾਨ, ਪਲੰਬਰ, ਮਿਸਤਰੀ, ਇਹ ਜਿਹੜੇ ਹੋਰ ਇਸ ਤਰ੍ਹਾਂ ਦੇ ਹੈਗੇ ਨੇ, ਉਹ ਖਤਮ ਕਰਦੇ ਹੋ ਜਾਣ ਤਾਂ 15 ਦਿਨ ਦੇ ਵਿੱਚ ਦੁਨੀਆ ਜਮ੍ਹਾਂ ਖਤਮ ਹੋ, ਅਸਰ ਪਏਗਾ 15 ਦਿਨ ਦੇ ਵਿੱਚ। ਹਾਂਜੀ ਉਹ ਤਾਂ ਹੋਣਾ ਹੀ ਆ, ਉਹ ਤਾਂ ਇਹ ਜਿਹੜੀ ਸੋਚਣੀ ਬਹੁਤ ਮਾੜੀ ਆ, ਕਿਉਂ ਜੇ ਚੀਜ਼ ਉਹਨਾਂ ਨਹੀਂ ਸਰ ਸਕਦਾ ਤੁਸੀਂ ਉਹਨੂੰ ਕਿਉਂ ਜਾਣਨਾ ਚਾਹੁੰਦੇ ਆ। ਬਿਲਕੁਲ, ਇੱਕ ਉੱਥੇ ਭਗਤ ਸਿੰਘ ਦੇ ਚਾਚੇ ਦਾ ਲਾਇਆ ਹੋਇਆ ਬੋਰਡ ਸੀਗਾ ਜੀ, ਕਹਿੰਦੇ ਕੋਈ ਖਟਖੜ ਕਲਾਂ, ਅਤੇ ਉਹਨੂੰ ਗੌਰਮੈਂਟ ਕਹਿੰਦੀ ਪਟਣਾ ਹੁਣ ਪੜ੍ਹ ਦੇਣਾ, ਵੀ ਦੱਸੋ ਜਿਹੜੀ ਕੋਈ ਹੈਗੀਆਂ ਨੇ ਪੁਰਾਣੀਆਂ ਚੀਜ਼ਾਂ, ਜੇ ਜਿੰਨੀ ਦੇਰ ਹੈਗੀਆਂ ਨੇ ਉਹਨਾਂ ਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਆ। ਹਾਂਜੀ ਉਹੀ ਪੈਸੋ ਉਹੀ ਹੁਣ ਮੰਜ਼ਲ ਵਾਲਾ, ਪਹਿਲਾਂ ਅਸੀਂ ਨਹੀਂ ਛੋਟੇ ਹੁੰਦੇ ਸੀਗੇ, ਸਾਨੂੰ ਕਹਿੰਦੇ ਹਲੇ ਕਾਲਜਾ ਗੁਆਉਣਾ ਆ, ਤੇ ਉਹ ਸਿਆਣਾ ਬੰਦਾ ਹੈਗਾ ਨਾ, ਪਤਾ ਨੀ ਕਿੱਦਾਂ ਕਾਲਜਾ ਹੁਣ ਕਾਲਜਾ ਕਰਾਇਆ ਕੋਈ ਆ, ਕਾਲਜੋਗੀ ਆ ਜੀ, ਹੁਣ ਕਾਲਜੋਗੀ। ਬਹੁਤ ਮਿਹਰਬਾਨੀ ਜੀ, ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਢੀਂਡਸਾ ਸਾਹਿਬ, ਹਾਂਜੀ ਜੀ, ਢੀਂਡਸਾ ਸਾਹਿਬ ਟੀਵੀ ਦੀ ਆਵਾਜ਼ ਘੱਟ ਕਰੋ ਜੀ, ਤੁਸੀਂ ਆਉਂਦੇ ਰਹੋ। ਅੱਛਾ ਜੀ ਜੀ ਜੀ, ਢੀਂਡਸਾ ਸਾਹਿਬ ਟੀਵੀ ਦੀ ਆਵਾਜ਼ ਘੱਟ ਕਰੋ ਜੀ, ਪਹਿਲਾਂ ਫਿਰ ਗੱਲ ਬਣਨੀ ਆ। ਠੀਕ ਆ ਜੀ, ਠੀਕ ਆ ਜੀ, ਜੱਗੀ ਜੀ, ਓਕੇ ਜੀ, ਮੈਂ ਗਰੇਵ ਜੀ ਸਲੋਲ ਸਾਹਿਬ ਜੀ। ਹਾਂਜੀ ਹਾਂਜੀ, ਢੀਂਡਸਾ ਸਾਹਿਬ ਮੈਂ ਪਛਾਣ ਲਿਆ ਤੁਹਾਡਾ ਨੰਬਰ ਦੇ, ਤੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਆਪਾਂ ਤੁਸੀਂ ਗੱਲ ਕਰ ਰਹੇ ਸੀ ਆਲਮ ਲੁਹਾਰ ਜੀ। ਜੀ ਆਲਮ ਲੁਹਾਰ ਮੈਂ ਜੀ ਲਾਈਵ ਸੁਣਿਆ, ਇੱਕ ਗੱਲ ਹੈਗੀ 1975-76 ਦੀ। ਅੱਛਾ ਜੀ, ਮੈਂ ਇੰਗਲੈਂਡ ਜਿਹੜੇ ਨੇ ਸੁਣਿਆ ਟਾਈਮ ਹੈ, ਜੋ ਸਾਡੇ ਸ਼ਹਿਰ 'ਚ ਪਾਕਿਸਤਾਨੀਆਂ ਦੀ ਵਰਦੀ ਜ਼ਿਆਦਾ ਸੀ ਜੀ, ਉਹਨਾਂ ਨੇ ਸ਼ੋਅ ਕਰਵਾਇਆ ਸੀ ਉੱਥੇ ਸਾਡੇ ਸ਼ਹਿਰ 'ਚ, ਮੈਂ ਇਹਨਾਂ ਨੂੰ ਲਾਈਵ ਸੁਣਿਆ ਤੇ ਬਿਲਕੁਲ ਤੁਸੀਂ ਦਿਖਾ ਲਿਆ ਵਿੱਚ ਛੋਟੀ ਵੀਡੀਓ ਦਿਖਾਈ ਹੈ, ਬੰਦਾ ਨਾਲ ਹੋ ਜਾ ਵੀ ਜਾਂਦਾ, ਬਿਲਕੁਲ ਇਹੀ ਬੰਦਾ ਉਹਦੇ ਨਾਲ ਸੀ ਉਦੋਂ। ਹਾਂ ਹੋ ਸਕਦਾ ਜੀ ਉਦੋਂ ਦੀ ਉਸੇ ਸਟੇਜ ਦੀ ਵੀਡੀਓ ਹੋਵੇ, ਸਹੀ ਸਟੇਜ ਦੀ ਵੀਡੀਓ ਸਾਨੂੰ ਮਿਲੀ ਜਿਹੜੀ। ਹਾਂਜੀ ਉਹ ਬੰਦਾ ਉਹੀ ਬੰਦਾ ਸੀ ਜਿਹੜਾ ਨਾਲ ਵਜਾ ਰਿਹਾ ਸੀ ਜੀ, ਤੇ ਬੜੇ ਅਫਸੋਸ ਵਾਲੀ ਗੱਲ ਆ, ਉਦੋਂ ਚੋ ਕੋਈ ਮੇਰਾ ਖਿਆਲ 1986 ਦੀ ਗੱਲ ਹੈਗੀ ਆ ਜਦੋਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ। ਹਾਂਜੀ, ਤੇ ਡੈਥ ਹੋ ਗਈ ਸੀਗੀ, ਤੇ ਮੈਂ ਇਹਨਾਂ ਦੇ ਜਿਹੜੀ ਉੱਥੇ ਜੁਗਨੀ ਸੁਣੀ
ਜੀ ਉਹਦੇ ਮੈਂ ਕੋਈ ਚਾਰ ਬੋਲ ਤੁਹਾਡੇ ਸਾਂਝੇ ਕਰਨੇ ਚਾਹੁੰਦਾ ਕਰੋ ਜੀ ਜ਼ਰੂਰ ਕਰੋ ਜੀ ਜੀ ਉਹ ਬਾਵਾ ਮੌਜਵਾਨੀ ਵਾਲੀ ਸ਼ਹਿਦ ਗੁੜੇ ਤੋਂ ਮਿੱਠੀ ਉਹ ਬਾਵਾ ਮੌਜਵਾਨੀ ਵਾਲੀ ਸ਼ਹਿਦ ਗੁੜੇ ਤੋਂ ਮਿੱਠੀ ਕੀ ਬੰਦਿਆ ਬੰਦਿਆ ਦੈ ਤੇਰੀ ਮੁੜ ਯਾਦ ਹੈ ਤੇਰੀ ਮਿੱਟੀ ਉਹ ਇਸ਼ਕ ਲੁਹਾਰਾ ਤਾਜ਼ਾ ਰਹਿੰਦਾ ਭਾਵੇਂ ਦਾੜੀ ਹੋ ਜਾਏ ਚਿੱਟੀ ਉਹ ਵੀਰ ਮੇਰਿਆ ਬਜੁਗਨੀ ਉਹ ਵੀਰ ਮੇਰਿਆ ਬਜੁਗਨੀ ਕਹਿੰਦੀ ਆ ਉਹ ਨਾਮ ਅਲੀ ਦਾ ਲੈਂਦੀ ਆ ਉਹ ਨਾਮ ਸਾਈ ਦਾ ਲੈਂਦੀ ਆ ਬਹੁਤ ਵਧੀਆ ਜੀ ਬਹੁਤ ਮਿਹਰਬਾਨੀ ਹਾਂਜੀ ਇਹ ਮੈਨੂੰ ਉਹਨਾਂ ਨੇ ਹੱਥ ਨਾਲ ਸੀ ਮਿਲਾਇਆ ਉਹਦਾ ਉਹਨਾਂ ਦਾ ਕੱਦ ਬੜਾ ਛੋਟਾ ਜਿਹਾ ਹੀ ਸਗਾ ਲੱਗਦੇ ਤਾਂ ਬੜੇ ਜਿੱਦਾਂ ਭਲਵਾਨ ਹੁੰਦੇ ਆ ਦੇਖਣ ਨੂੰ ਹਾਂਜੀ ਹਾਂਜੀ ਤੇ ਮੈਂ ਸ਼ੋਅ ਤੋਂ ਬਾਅਦ ਮਿਲਿਆ ਬੜੀ ਉਹਨਾਂ ਨੂੰ ਮਿਲ ਕੇ ਖੁਸ਼ੀ ਹੋਈ ਮਿਲ ਕੇ ਪਰਸਨਲੀ ਚਲੋ ਬੜੀ ਚੰਗੀ ਗੱਲ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ ਢਿੰਡਸਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਆਨਰ ਹੋ ਸਰ ਗੁਰਦੀਪ ਸਿੰਘ ਜੀ ਸੰਦਰ ਸਾਹਿਬ ਹਾਂਜੀ ਜੱਗੀ ਸਾਹਿਬ ਆਪ ਜੀ ਨੂੰ ਬੜਾ ਹੀ ਪਿਆਰ ਸਤਿ ਸਤਿਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ 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 ਜੋਗਨੀ ਸ਼ਬਦ ਤੋਂ ਮੈਨੂੰ ਤਾਂ ਇਹ ਹੀ ਪਤਾ ਲੱਗ ਰਿਹਾ ਕਿ ਜੁਗਨੀ ਦਾ ਮਤਲਬ ਜਾਗ੍ਰਿਤੀ ਹਾਂ ਉਹਨਾਂ ਨੇ ਉਹਨਾਂ ਦਾ ਸੀਗੇ ਜੁਬਲੀ ਮਤਲਬ ਸਿਲਵ ਉਹਨਾਂ ਦੀ ਸਿਲਵਰ ਜੁਬਲੀ ਸੀਗੀ ਜੁਬਲੀ 'ਤੇ ਉਹਨਾਂ ਨੇ ਮਿਸਾਲ ਕੱਢੀ ਸੀ ਕੋਈ ਕਹਿੰਦੇ ਬ੍ਰਿਟਿਸ਼ ਸਰਕਾਰ ਨੇ ਅੱਛਾ ਜੀ ਅਤੇ ਉਹਨਾਂ ਨੇ ਤਾਂ ਆਪਣੀ ਕਾਮਯਾਬੀਆਂ ਦੀ ਕੱਢੀ ਸੀ ਪਰ ਉਦੋਂ ਇਹਨਾਂ ਨੇ ਉਹਦੇ ਇਹ ਲੋਕਾਂ ਨੂੰ ਜਿਵੇਂ ਆਪਾਂ ਕਹਿੰਦੇ ਨਹੀਂ ਇਨਕਲਾਬੀ ਕਵੀ ਪਾਸ਼ ਹੈ ਜਾਂ ਸੀਗੇ ਹੈਗੇ ਆਪਣੇ ਸੰਤ ਰਾਮ ਉਦਾਸੀ ਉਦੋਂ ਇਸ ਤਰ੍ਹਾਂ ਦੀਆਂ ਕਵਿਤਾਵਾਂ ਇਹ ਫਿਰ ਸਟੇਜ 'ਤੇ ਸੁਣਾਉਂਦੇ ਸੀ ਅਤੇ ਉਦੋਂ ਫਿਰ ਉਦੋਂ ਬਾਅਦ ਕਹਿੰਦੇ ਵੀ ਇਹ ਫੜ ਲਏ ਸੀਗੇ ਉਹ ਸਰਕਾਰ ਨੇ 1906 ਦੇ ਵਿੱਚ ਫੜ ਕੇ ਮੁੜ ਕੇ ਤਸੀਹੇ ਦੇ ਕੇ ਮਾਰਤੇ ਸੀ ਦੋਨੋਂ ਲੋਕਾਂ ਨੂੰ ਜਾਗਰਤ ਕਰਦੇ ਸੀ ਜਾਗਰਤ ਕਰਦੇ ਸੀ ਹਾਂ ਜਾਗਰਤ ਬਾਕੀ ਮੈਂ ਸੋਮਵਾਰ ਨੂੰ ਜੀ ਕੋਈ ਕਵਿਤਾ ਜ਼ਰੂਰ ਮੈਂ ਕਵਿਤਾ ਲਿਖੀ ਹੈ ਕਿਉਂਕਿ ਬੱਚਿਆਂ ਦੀ ਗੱਲ ਘੱਟ ਹੁੰਦੀ ਹੈ ਜੀ ਜ਼ਰੂਰ ਔਰ ਭਵਿੱਖ ਹੈ ਜੇ ਬੱਚਿਆਂ ਨੂੰ ਅਸੀਂ ਵਧੀਆ ਬਣਾਉਣਾ ਤਾਂ ਉਹਨਾਂ ਉੱਤੇ ਜ਼ਰੂਰ ਕੁਛ ਨਾ ਕੀਤਾ ਜਾਏ ਜੀ ਮੈਂ ਆਪਣੀ ਕਰਦਾ ਰਹਿਣਾ ਬੱਚਿਆਂ ਨੂੰ ਅੱਜ ਕਵਿਤਾ ਬੱਚਿਆਂ ਦੇ ਲਈ ਲਿਖੀ ਹੈ ਬੱਚਿਆਂ ਨੂੰ ਸੰਸਕਾਰ ਦੇਣੇ ਕਿੰਨੇ ਜ਼ਰੂਰੀ ਨੇ ਜੀ ਜ਼ਰੂਰ ਓਕੇ ਜੀ ਅਗਰ ਆਪਣੀ ਜਵਾਨੀ ਔਰ ਬੁਢਾਪੇ ਨੂੰ ਸੁਖਦਾਈ ਬਣਾਉਣਾ ਹੈ ਤਾਂ ਬੱਚਿਆਂ ਨੂੰ ਅੱਛੇ ਸੰਸਕਾਰ ਦੇਣੇ ਹੀ ਪੈਣੇ ਨੇ ਜੀ ਉਹ ਮਾਤਾ ਪਿਤਾ ਆਦਮ ਹੁੰਦੇ ਨੇ ਜੋ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਭਗਵਾਨ ਦੇ ਭਰੋਸੇ ਛੱਡ ਦਿੰਦੇ ਨੇ ਉਹ ਮਾਤਾ ਪਿਤਾ ਮੱਧਮ ਹੁੰਦੇ ਨੇ ਜੋ ਬੱਚਿਆਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਤੇ ਧਨ ਦੌਲਤ ਦਿੰਦੇ ਨੇ ਉਹ ਮਾਤਾ ਪਿਤਾ ਮਹਾਨ ਹੁੰਦੇ ਨੇ ਜੋ ਆਪਣੇ ਬੱਚਿਆਂ ਨੂੰ ਵਸੀਅਤ 'ਚ ਅੱਛੇ ਸੰਸਕਾਰ ਦੇ ਕੇ ਜਾਂਦੇ ਨੇ ਜੀ ਜੇ ਬੱਚਿਆਂ ਨੂੰ ਚੰਗੇ ਸੰਸਕਾਰ ਨਾ ਦਿੱਤੇ ਤਾਂ ਉਹ ਗਲਤ ਰਸਤਿਆਂ ਉੱਪਰ ਵੀ ਜਾ ਸਕਦੇ ਨੇ ਜੀ ਕਿਸੇ ਵੀ ਘਰ ਦੇ ਬਾਹਰ ਖੜੀ ਕਾਰ ਸੋਹਣੀ ਕੋਠੀ ਤੁਹਾਡੀ ਅਮੀਰੀ ਨੂੰ ਦਰਸਾਉਂਦੀ ਹੈ ਪਰ ਘਰ ਦੇ ਅੰਦਰ ਰਹਿਣ ਵਾਲੇ ਸੰਸਕਾਰ ਸਾਡੀ ਸੰਸਕ੍ਰਿਤੀ ਨੇ ਵਾਹ ਜੀ ਵਾਹ ਬਿਲਕੁਲ ਜੀ ਦੁਨੀਆਂ 'ਚ ਅਜੇ ਕੋਈ ਐਸਾ ਮਾਹੌਲ ਨਹੀਂ ਬਣਿਆ ਜਿੱਥੇ ਸੰਸਕਾਰ ਮਿਲਦੇ ਨੇ ਸੰਸਕਾਰ ਕਿਸੇ ਮਾਹੌਲ 'ਚ ਨਹੀਂ ਘਰ ਦੇ ਅੱਛੇ ਮਾਹੌਲ ਵਿੱਚ ਹੀ ਮਿਲਦੇ ਨੇ ਵਾਹ ਜੀ ਇਨਸਾਨ ਦਾ ਘਰ ਕਿਸੇ ਵੀ ਬੱਚੇ ਦੀ ਸਭ ਤੋਂ ਵੱਡੀ ਪਾਠਸ਼ਾਲਾ ਹੁੰਦੀ ਹੈ ਜੀ ਔਰ ਮੰਮੀ ਪਾਪਾ ਉਸ ਬੱਚੇ ਦੇ ਸਭ ਤੋਂ ਵੱਡੇ ਗੁਰੂ ਹੁੰਦੇ ਨੇ ਜੀ ਕਾਰ ਤਾਂ ਆਪ ਬੱਚੇ ਨੂੰ ਇੱਕ ਦਿਨ 'ਚ ਦਿਲਾ ਸਕਦੇ ਹੋ ਪਰ ਸੰਸਕਾਰ ਇੱਕ ਦਿਨ 'ਚ ਨਹੀਂ ਕਈ ਵੇਲੇ ਲੱਗ ਜਾਂਦੇ ਨੇ ਜੀ ਬਿਲਕੁਲ ਬੱਚੇ ਉਪਦੇਸ਼ ਨਹੀਂ ਸੁਣਦੇ ਉਹਨਾਂ ਦੀ ਜ਼ਿੰਦਗੀ 'ਚ ਉਦਾਹਰਣ ਕੰਮ ਆਉਂਦੇ ਨੇ ਜੀ ਅਸੀਂ ਜੋ ਕਹਿੰਦੇ ਹਾਂ ਉਹ ਨਹੀਂ ਸਮਝ ਪਾਉਂਦੇ ਪਰ ਜੋ ਅਸੀਂ ਕਰਦੇ ਹਾਂ ਉਹ ਆਪਣੇ ਜੀਵਨ ਨਾਲ ਜੋੜ ਲੈਂਦੇ ਨੇ ਜੀ ਆਪ ਜੀਵਨ ਪਰ ਕਹਿ ਰਹੇ ਹੋ ਬੱਚੇ ਝੂਠ ਮਤ ਬੋਲਣਾ ਪਰ ਆਪ ਤੁਸੀਂ ਉਸਦੇ ਸਾਹਮਣੇ ਝੂਠ ਬੋਲਦੇ ਹੋ ਜੀ ਬੱਚਿਆਂ ਨੂੰ ਕਿਹਾ ਗਿਆ ਗੁੱਸਾ ਨਹੀਂ ਕਰਨਾ ਪਰ ਆਪ ਤਾਂ ਉਹਨਾਂ ਦੇ ਸਾਹਮਣੇ ਕਰਦੇ ਹੋ ਬਿਲਕੁਲ ਜੀ ਯਾਦ ਰੱਖਣਾ ਬੱਚੇ ਕਦੇ ਵੀ ਉਹ ਨਹੀਂ ਸਿੱਖਦੇ ਜੋ ਅਸੀਂ ਕਹਿੰਦੇ ਹਾਂ ਬੱਚੇ ਉਹ ਸਿੱਖਦੇ ਨੇ ਜੋ ਅਸੀਂ ਕਰਦੇ ਹਾਂ ਜੀ ਬੱਚਿਆਂ ਨੂੰ ਸੰਸਕਾਰ ਦੇਣੇ ਨੇ ਤਾਂ ਪਹਿਲਾਂ ਵੱਡਿਆਂ ਨੂੰ ਸੰਸਕਾਰਾਂ ਵਾਲਾ ਜੀਵਨ ਜਿਉਣਾ ਪਵੇਗਾ ਜੀ ਆਪਣੇ ਆਪ ਨੂੰ ਸੁਧਾਰ ਲਓ ਸਮਝੋ ਕੰਮ ਬਣ ਗਿਆ ਵਾਹ ਜੀ ਵਾਹ ਕੀ ਬਾਤ ਭਾਨੇ ਵਾਲਿਆ ਗੁਰਦੀਪ ਸਿੰਘ ਸੰਦਰਾ ਹੁਣ ਤਾਂ ਤੈਨੂੰ ਸਮਝ ਆ ਹੀ ਗਈ ਹੋਣੀ ਆ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਕਿੰਨੇ ਜ਼ਰੂਰੀ ਹੁੰਦੇ ਨੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਕਿੰਨੇ ਜ਼ਰੂਰੀ ਹੁੰਦੇ ਨੇ ਥੈਂਕ ਯੂ ਜੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡਾ ਬੜਾ ਧੰਨਵਾਦ ਬਹੁਤ ਵਧੀਆ ਕਵਿਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਨਰ ਹੋ ਰਾਜਕੁਮਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਚੰਗੀ ਮਿਲਦੇ ਹੋਰ ਸਭ ਠੀਕ ਠਾਕ ਜੀ ਸਿਹਤਾਂ ਸਭ ਠੀਕ ਠਾਕ ਤਾਂ ਹੈ ਜੀ ਬਿਲਕੁਲ ਠੀਕ ਠਾਕ ਮੈਂ ਬਿਲਕੁਲ
ਠੀਕ ਠਾਕ ਹਾਂ ਜੀ ਜੀ ਮੈਂ ਉਡੀਕਦਾ ਜਿਹਾ ਤੁਹਾਡੀ ਕਾਲ ਮਿਲ ਜਾਵੇ ਜੀ ਜੀ ਮੈਂ ਜੋ ਘੱਟੋ ਘੱਟ ਗੱਲ ਹੋ ਜਾਵੇ ਜੀ ਬੜੀ ਜ਼ਰੂਰ ਗੱਲ ਹੋ ਜਾਂਦੀ ਹੈ ਜੀ ਜ਼ਰੂਰ ਤੁਸੀਂ ਰੱਖੋ ਜੀ ਆਪਣੇ ਗੱਲ ਨਾ ਹੋਵੇ ਤਾਂ ਫਿਰ ਮਜ਼ਾ ਨਹੀਂ ਆਉਂਦਾ ਜੀ ਜੀ ਹਾਂਜੀ ਹੁਕਮ ਕਰੋ ਹੋਰ ਸੁਣਾਓ ਕੀ ਵਿਚਾਰ ਹੈ ਤੁਸੀਂ ਦੱਸਿਆ ਸੀ ਤੁਹਾਡਾ ਮੈਂ ਮੈਸੇਜ ਸੁਣਿਆ ਸੀ ਤੇ ਜੇ ਤਾਂ ਉਹ ਇੱਥੇ ਕਰਨਾ ਚਾਹੁੰਦੇ ਨੇ ਤੇ ਇੱਥੇ ਵੀ ਕਰ ਸਕਦੇ ਆ ਤੇ ਜੇ ਅਸੀਂ ਫਿਰ ਕੋਸ਼ਿਸ਼ ਸਾਡੀ ਇਹ ਵੀ ਅਗਲਾ ਅਸੀਂ ਉੱਧਰ ਕਰਾਈਏ ਨਿਊਯਾਰਕ ਸਾਈਡ ਉਹਨੇ ਸਿੱਖਿਆ ਬਹੁਤ ਕੁਝ ਆ ਨਹੀਂ ਤੇ ਆਪਾਂ ਰਾਜਕੁਮਾਰ ਜੀ ਮੈਂ ਤੁਹਾਨੂੰ ਆਫ ਦੀ ਏਅਰ ਗੱਲ ਕਰੂੰਗਾ ਆਪਾਂ ਉਹਨਾਂ ਨੂੰ ਕੁਝ ਵੀ ਸ਼ੁਰੂ ਕਰ ਸਕਦੇ ਅਸੀਂ ਘਰੋਂ ਹੀ ਸ਼ੁਰੂ ਕਰਾ ਦਾਂਗੇ ਉੱਥੇ ਪ੍ਰੋਗਰਾਮ ਉਹਨਾਂ ਦਾ ਹਜੇ ਠੀਕ ਹੈ ਜੀ ਘਰੋਂ ਕਰਾ ਸਕਦੇ ਆ ਬਿਲਕੁਲ ਸੱਚੀ ਗੱਲ ਕਰੂੰਗਾ ਜਿਹੜੀ ਝੂਠੀ ਹੋਊਗਾ ਇੱਕ ਮੇਰੀ ਜ਼ਬਾਨ ਤੇ ਜੀ ਕੋਈ ਗੱਲ ਝੂਠੀ ਨਹੀਂ ਹੋਊਗੀ ਹਾਂਜੀ ਹਾਂਜੀ ਨਹੀਂ ਨਹੀਂ ਤੁਸੀਂ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਜ਼ਰੂਰ ਉਹਨਾਂ ਦਾ ਨਹੀਂ ਅਸ਼ਮਦਾ ਨੂੰ ਤੁਹਾਡਾ ਨੰਬਰ ਦਿਓ ਜਾਂ ਤੁਸੀਂ ਅਸ਼ਮਦਾ ਨੂੰ ਕਾਲ ਕਰ ਰਹੇ ਤੁਹਾਨੂੰ ਨੰਬਰ ਦੇ ਦੂੰਗਾ ਅਤੇ ਅਸ਼ਮਦਾ ਫਿਰ ਉੱਥੇ ਕੋਆਰਡੀਨੇਟ ਕਰ ਲੈਣਗੇ ਉੱਥੇ ਜਾਂਦੇ ਰਹਿੰਦੇ ਤੁਹਾਡੇ ਕੋਲ ਆਉਂਦੇ ਰਹਿੰਦੇ ਵਰਜੀਨੀਆ ਨੂੰ ਮਿਲ ਲੈਣਗੇ ਆ ਕੇ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਸਰ ਜੀ ਥੈਂਕ ਯੂ ਬਹੁਤ ਮਿਹਰਬਾਨੀ ਜੀ ਰਾਜਕੁਮਾਰ ਜੀ ਨਾਲ ਨਾਲ ਬਹੁਤ ਧੰਨਵਾਦ ਤੁਹਾਡਾ ਕਾਲ ਹੋਰ ਲੈ ਲੈਣੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਾਸੀ ਜੀ ਪੈਰੀ ਪਿੰਨ ਹੈਲੋ ਜੀ ਧਿਆਨ ਨਹੀਂ ਫੋਨ ਵਾਲ ਜੀ ਤਾਂ ਕੀ ਕਰ ਸਕਦੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਨਰ ਹੋ ਜੀ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਜ਼ਰੂਰ ਜੀ ਤੁਹਾਡਾ ਆਸ਼ੀਰਵਾਦ ਹੈ ਜੀ ਬਹੁਤ ਆਸ਼ੀਰਵਾਦ ਤੁਹਾਡਾ ਤੇ ਤੁਸੀਂ ਪਿਆਰ ਕਰਦੇ ਹੋ ਇੰਗਲਿਸ਼ ਨਾਲ ਫਿਰ ਕਈ ਬੱਚੇ ਜਿਵੇਂ ਜੁੜਦੇ ਹੁੰਦੇ ਜੀ ਕਈਆਂ ਪ੍ਰੋਗਰਾਮਾਂ ਚ ਤੇ ਉਹ ਫਿਰ ਬੱਚਿਆਂ ਨੂੰ ਉਹਦੀ ਨਾਲ ਮਿਕਸ ਕਰ ਲੈਂਦੇ ਚਲੋ ਤੁਹਾਡਾ ਬਹੁਤ ਮਿਹਰਬਾਨੀ ਤੁਸੀਂ ਨਹੀਂ ਕਰਦੇ ਤੁਸੀਂ ਨਹੀਂ ਚਿਮਟਾ ਜਿਹੜਾ ਗੁਰਮੀਤ ਪਾਵਾ ਨਾਲ ਸੀ ਇੱਕ ਜਿਹੜਾ ਦੂਆ ਗਲੂਆ ਅਲਗੋਜੇ ਵੀ ਵਜਾਉਂਦਾ ਸੀ ਜਿਹੜਾ ਗੁਰਮੀਤ ਪਾਵਾ ਨਾ ਉਹ ਵੀ ਬਹੁਤ ਵਧੀਆ ਸੀ ਤੇ ਚਿਮਟੇ ਵਾਲਾ ਚਾਚਾ ਚਿਮਟੇ ਵਾਲਾ ਮਸ਼ਹੂਰ ਸੀ ਇਹ ਬਹੁਤ ਅੱਛਾ ਜੀ ਇਹ ਜਿਹੜਾ ਚਿਮਟਾ ਨਾਲ ਵਜਾਉਂਦਾ ਸਟੇਜਾਂ 'ਤੇ ਠੀਕ ਹੈ ਜੀ ਅਤੇ 1988 ਦੇ ਵਿੱਚ ਇਹ ਵੀਡੀਓ ਬਣੀ ਸੀ ਅੱਛਾ ਜੀ ਹਾਂਜੀ ਹਾਂਜੀ ਅਤੇ ਹੋਰ ਤੁਸੀਂ ਦੱਸੋ ਮੁਸਲਮਾਨ ਔਰਤ ਹੈ ਬੁਰਕਾ ਪਾਇਆ ਹੋਇਆ ਤੇ ਦੋ ਬੱਚੇ ਨੇ ਉਹਦੇ ਨਾਲ ਉਹਦੇ ਬੱਚੇ ਆਪਣੇ ਉਹ ਮਤਲਬ ਕਿ ਜਿੱਦਾਂ ਕ੍ਰਿਸ਼ਨ ਜੀ ਨਹੀਂ ਬਣੇ ਹੁੰਦੇ ਬੱਚੇ ਮੁਕਟ ਲਾ ਕੇ ਤੇ ਉਹਦੇ ਬੱਚੇ ਦੋਨੋਂ ਉਹ ਬਣੇ ਹੋਏ ਨੇ ਕ੍ਰਿਸ਼ਨ ਜੀ ਬੜੀ ਵਧੀਆ ਲੱਗੀ ਮੈਨੂੰ ਫੋਟੋ ਦੇਖ ਕੇ ਮੈਂ ਕਿਹਾ ਵੀ ਦੱਸੋ ਇਹੋ ਜਿਹਾ ਪਿਆਰ ਮੁਹੱਬਤ ਹੈਗਾ ਸਾਡਾ ਤੇ ਲੀਡਰ ਜਿਹੜੇ ਨੇ ਉਹ ਹੋਰ ਹੀ ਪਾਸੇ ਲੈ ਗਏ ਲੀਡਰਾਂ ਦੀ ਬੇੜੀ ਬਹਿ ਗਈ ਲੋਕਾਂ 'ਚ ਕੋਈ ਥੋੜ੍ਹੋ ਫਰਕ ਹੈ ਨਾ ਸਾਡੇ ਧਰਮਾਂ 'ਚ ਕੋਈ ਫਰਕ ਹੀ ਨਹੀਂ ਸਾਡੇ ਧਰਮ ਗੁਰੂਆਂ ਨੇ ਕੀਤਾ ਤਾਂ ਬੇੜੀ ਇਹਨਾਂ ਦੀ ਬਹਿ ਗਈ ਕਿਉਂਕਿ ਗ੍ਰੰਥ ਪੜ੍ਹੋ ਸਾਰੇ ਇੱਕੋ ਜਿਹੇ ਮਿਲਦੇ ਜੁਲਦੇ ਹੀ ਆ ਸਾਰੇ ਇਹ ਦੇਖੋ ਇਹ ਜਿਹੜੇ ਮਤਲਬ ਸਾਰੇ ਕਰਾਉਂਦੇ ਨੇ ਜਦੋਂ ਜਿਹੜੇ ਦੰਗੇ ਹੁੰਦੇ ਕੋਈ ਆਮ ਲੋਕ ਨਹੀਂ ਉਹ ਸ਼ਾਮਿਲ ਹੁੰਦੇ ਉਹ ਸਿਰਫ ਇਹਨਾਂ ਦੇ ਬੰਦੇ ਹੁੰਦੇ ਨੇ ਪੇਡ ਬੰਦੇ ਹੁੰਦੇ ਨੇ ਕੁਛ ਜਾਂ ਇਹਨਾਂ ਦੇ ਕੋਈ ਚਮਚੇ ਹੁੰਦੇ ਨੇ ਉਹੀ ਪੰਗੇ ਪਾਉਂਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੋਰ ਲੋਕਾਂ 'ਚ ਨਹੀਂ ਕੋਈ ਫਰਕ ਹੈ ਜਾਣ ਕੇ ਕਰਾਉਂਦੇ ਆ ਜੀ ਜੀ ਬਿਲਕੁਲ ਹਾਂਜੀ ਚਲੋ ਕ੍ਰਿਸ਼ਨ ਬਾਰੇ ਚਾਰ ਗੱਲਾਂ ਕਰ ਲੈਂਦੇ ਜੀ ਜ਼ਰੂਰ ਜ਼ਰੂਰ ਜਦੋਂ ਅਤਿਆਚਾਰ ਦੀ ਹੱਦ ਹੋ ਗਈ ਰਾਜੇ ਅਦਲ ਇਨਸਾਫ਼ ਨੂੰ ਭੁੱਲ ਗਏ ਸੀ
ਹੁਣ ਧਰਮ ਦੇ ਨਾਂ ਤੇ ਲੱਗੇ ਝੱਖੜ ਭਾਰਤ ਦੇ ਕਹਿਰ ਦੇ ਝੁੱਲ ਗਏ ਸੀ, ਦੁਨੀਆਂ ਭੁੱਲ ਗਈ ਸੱਚੇ ਪਰਮਾਤਮਾ ਨੂੰ, ਮੋਤੀ ਸੱਚ ਦੇ ਖਾਕ ਵਿੱਚ ਰੁਲ ਗਏ ਸੀ, ਦਿਲ ਵਰ ਥਾਂ ਥਾਂ ਕੂੜ ਪ੍ਰਧਾਨ ਹੋਇਆ, ਹਾਕਮ ਜਬਰ ਕਮਾਉਣ ਤੇ ਤੁਲ ਗਏ ਸੀ, ਭਾਗਾਂ ਭਰੀਏ ਅੱਠਵੀਂ ਭਾਦਰੋਂ ਦੀ ਜਨਮ ਧਾਰ ਕੇ ਆ ਭਗਵਾਨ ਆਏ, ਮਾਤਾ ਦੇਵਕੀ ਦੀ ਕੁੱਖ ਸਫਲ ਹੋ ਗਈ, ਜਿਸ ਵਿੱਚ ਗੋਦ ਸੀ ਰਹਿਮਾਨ ਮਹਾਨ ਆਏ, ਰਾਖੇ ਧਰਮ ਦੇ ਦੁਖੀ ਜਾਲਮਾਂ ਦੀ, ਭਾਰਤ ਵਰਸ਼ ਦੇ ਜ਼ੁਲਮ ਮਟਾਉਣ ਆਏ, ਇਹਨਾਂ ਮੇਵੇ ਦੁਰਯੋਧਨ ਦੇ ਤਿਆਗਣੇ ਨੇ, ਵਿਦਰਜੀਹਾਂ ਦੇ ਸਾਗ ਨੂੰ ਖਾਣ ਆਏ, ਅਣਖ ਟੁੱਬ ਕੇ ਅਰਜਣੇ ਯੋਧਿਆਂ ਦੀ, ਕਈਆਂ ਸਤੀਆਂ ਦੀ ਲਾਜ ਬਚਾਉਣ ਆਏ, ਚੰਦਰ ਵੰਸ਼ ਵਿੱਚ ਦਿਲਬਰ ਚੰਦ ਚੜ੍ਹਿਆ, ਭਗਵੰਤ ਗੀਤ ਦਾ ਦੇਣ ਗਿਆਨ ਆਏ, ਗਊਆਂ ਚਾਰੀਆਂ ਆਪ ਗਵਾਲ ਬਣ ਕੇ, ਖੇਡਾਂ ਖੇਡੀਆਂ ਮੱਖਣ ਚੁਰਾਏ ਉਹਨਾਂ, ਮਾਂ ਯਸ਼ੋਦਾ ਦੇ ਵਿਹੜੇ ਨੂੰ ਭਾਗ ਲਾਏ, ਗੋਕੁਲ ਵਿੱਚ ਕਈ ਕੌਤਕ ਰਚਾਏ ਉਹਨਾਂ, ਪੱਥਰ ਮੁਰਲੀ ਵਜਾ ਕੇ ਮੋਮ ਕੀਤੇ, ਪਿਆਰ ਗੋਪੀਆਂ ਦੇ ਨਾਲ ਪਾਏ ਉਹਨਾਂ, ਉਦੋਂ ਭਗਤ ਦੀ ਜ਼ਿੰਦਗੀ ਬਦਲ ਦਿੱਤੀ, ਰੰਗ ਕੁਬਜਾ ਦੇ ਪਲ ਵਿੱਚ ਗਵਾਏ ਉਹਨਾਂ, ਆ ਕੇ ਮੇਹਰ ਵਿੱਚ ਮਹਿਲ ਸਾਰ ਦਿੱਤੇ, ਵਿਹੜੇ ਪਾਰ ਸਧਾਮੇ ਦੇ ਲਾਏ ਉਹਨਾਂ, ਲਾਜ ਸਭਾ ਵਿੱਚ ਰੱਖੀ ਦਰੂਪਤੀ ਦੀ, ਅਰਬ ਖਰਬ ਕੇ ਚੀਰ ਪਚਾਏ ਉਹਨਾਂ, ਗਿਆਨ ਗੀਤ ਦਾ ਅਰਜਨ ਨੂੰ ਦੇ ਕੇ ਤੇ ਨਵੇਂ ਪੂਰਨੇ ਜੱਗ ਵਿੱਚ ਪਾਏ ਉਹਨਾਂ, ਮਹਾਂਭਾਰਤ ਵਿੱਚ ਪਾਂਡਵ ਜਿਤਾ ਦਿੱਤੇ, ਹਿੰਦੁਸਤਾਨ ਦੇ ਨਕਸ਼ੇ ਬਦਲਾਏ ਉਹਨਾਂ, ਗੈਰਤ ਟੁੰਬ ਦਿੱਤੀ ਭਾਰਤ ਵਾਸੀਆਂ ਦੀ, ਜਗ ਅਣਖ ਦੀ ਦੇਸ਼ ਨੂੰ ਲਾਈ ਹੋਵੇ, ਦਿਲਬਰ ਕ੍ਰਿਸ਼ਨ ਭਗਵਾਨ ਦੇ ਜਨਮ ਦਿਨ ਦੀ ਅੱਜ ਸਾਰਿਆਂ ਤਾਂ ਹੀ ਵਧਾਈ ਹੋਵੇ, ਦਿਲਬਰ ਕ੍ਰਿਸ਼ਨ ਭਗਵਾਨ ਦੇ ਜਨਮ ਦਿਨ ਦੀ ਅੱਜ ਸਾਰਿਆਂ ਤਾਂ ਹੀ ਵਧਾਈ ਹੋਵੇ। ਵਾਹ ਜੀ ਵਾਹ, ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ ਜੀ। ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਾਰੇ ਭੈਣਾਂ ਭਰਾਵਾਂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਪਹਿਲਾਂ ਤਾਂ ਮੈਂ ਆਪਣੇ ਸਾਰੇ ਹਿੰਦੂ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦਾ ਜੀ, ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਨ ਤੇ ਜਨਮ ਅਸ਼ਟਮੀ। ਤੇ ਉੱਥੇ ਇੰਡੀਆ ਵਿੱਚ ਅਸੀਂ ਮੰਦਰਾਂ 'ਚ ਜਾਂਦੇ ਹੁੰਦੇ ਸੀ ਜੀ। ਆਪਾਂ ਮਤਲਬ ਇਹ ਹਰ ਤੇ ਇਹ ਤਾਂ ਹੁਣ ਚਲੋ ਬਾਅਦ ਦੇ ਵਿੱਚ ਹੋ ਗਿਆ, ਹਿੰਦੂਆਂ ਦਾ ਤਾਂ ਇਹ ਹਿੰਦੂਆਂ ਦਾ ਤਿਉਹਾਰ ਹੈ, ਮੁਸਲਮਾਨਾਂ ਦਾ ਤਿਉਹਾਰ ਹੈ, ਅਦਰਵਾਈਜ਼ ਤਾਂ ਕੋਈ ਵੀ ਤਿਉਹਾਰ ਪਿੰਡ ਦੇ ਵਿੱਚ ਕਿਤੇ ਵੀ ਹੁੰਦਾ ਸੀਗਾ ਅਤੇ ਹਰ ਇੱਕ ਤਿਉਹਾਰ ਦੇ ਵਿੱਚ ਸਾਰੇ ਹੀ ਹੁੰਦੇ, ਪਤਾ ਹੀ ਨਹੀਂ ਲੱਗਦਾ ਸੀ ਵੀ ਇਹ ਇਸ ਕਮਿਊਨਿਟੀ ਦਾ ਤਿਉਹਾਰ ਆ ਕਿ ਇਸ ਕਮਿਊਨਿਟੀ ਦਾ, ਸਾਰੇ ਟੋਟਲ ਹੀ ਉਹਨਾਂ 'ਚ ਜਾਂਦੇ ਸੀ। ਤਿਉਹਾਰਾਂ ਦੇ ਮਾਮਲੇ ਵਿੱਚ ਅਜੇ ਵੀ ਮੇਰੇ ਦਿਲ ਦੇ ਵਿੱਚ ਕੋਈ ਫਰਕ ਨਹੀਂ ਆਇਆ ਜੀ। ਮੈਂ ਇੱਥੇ ਵੀ ਜਾ ਕੇ ਜਦੋਂ ਜਨਮ ਅਸ਼ਟਮੀ, ਚਲੋ ਹੁਣ ਤਾਂ ਕੋਵਿਡ-19 ਕਰਕੇ ਨਹੀਂ ਜਾ ਹੁੰਦਾ, ਸਾਡੇ ਬ੍ਰਹਮਚੰਦ ਦੇ ਵਿੱਚ ਕਾਫੀ ਵੱਡਾ ਮੰਦਿਰ ਆ ਜੀ, ਅਤੇ ਉੱਥੇ ਚਲੇ ਜਾਈਦਾ, ਬਹੁਤ ਆਨੰਦ ਆਉਂਦਾ। ਸਾਡੇ ਲੁਧਿਆਣੇ ਤਾਂ ਜਨਮ ਅਸ਼ਟਮੀ ਮੰਦਰਾਂ ਦੇ ਵਿੱਚ ਪੂਰੀ ਤਰ੍ਹਾਂ ਮੰਦਰ ਸਜਾਏ ਹੁੰਦੇ ਸੀ, ਕਿੰਨੀਆਂ ਰੌਣਕਾਂ, ਕੁਛ ਨਾ ਕੁਛ ਮਠਿਆਈਆਂ ਵੀ ਵਰਤਣੀਆਂ, ਅਤੇ ਉੱਥੇ ਜਾਣਾ ਅਸੀਂ, ਬਹੁਤ ਖੁਸ਼ੀ ਦਾ ਮਾਹੌਲ ਹੁੰਦਾ ਸੀ, ਕੱਪੜੇ ਨਵੇਂ ਨਵੇਂ ਪਾ ਕੇ ਲੋਕਾਂ ਨੇ ਜਾਣਾ। ਅੱਛਾ, ਅਤੇ ਮੈਂ ਗੱਲ ਕਰਨੀ ਚਾਹੁੰਦਾ ਆਪਣੇ ਇਕਬਾਲ ਮਾਨ ਬਾਰੇ। ਹਾਂਜੀ, ਉਹਨਾਂ ਨੇ ਪੂਰੇ 40 ਸਾਲ ਪ੍ਰੋਗਰਾਮ ਵਿਜ਼ਨ ਪੰਜਾਬ ਦੇਣ ਤੋਂ ਬਾਅਦ ਐਸ ਜਿਹੜਾ ਹੁਣ ਸੈਟਰਡੇ ਲੰਘ ਕੇ ਗਿਆ, ਬੰਦ ਕਰ ਦਿੱਤਾ। ਬੰਦ ਕਰਤਾ ਜੀ ਉਹਨਾਂ ਨੇ? ਅੱਛਾ। ਹਾਂ ਹਾਂਜੀ, ਕਿਉਂਕਿ ਮਨ ਨੂੰ ਬੜਾ ਦੁੱਖ ਹੋਇਆ, ਉਹ ਕਹਿੰਦੇ ਮੈਂ ਹੁਣ 75 ਸਾਲ ਦਾ ਹੋ ਗਿਆ, ਅਤੇ ਮੈਂ ਹੁਣ ਆਪਣਾ ਜ਼ਿੰਦਗੀ ਆਪਣੀ ਜਿਉਣੀ ਚਾਹੁੰਦਾ, ਅਤੇ ਬਾਕੀ ਦੀ ਜਿਹੜੀ ਜ਼ਿੰਦਗੀ ਬਚੀ ਆ, ਚਲੋ ਅਗਲੇ ਦੀ ਆਪਣੀ ਮਰਜ਼ੀ ਆ, ਪਰ ਪੰਜਾਬੀ ਜਵਾਨ ਬਹੁਤ ਵਧੀਆ ਅਲੋਪ ਹੋ ਗਿਆ। ਨਹੀਂ, ਇਹਨਾਂ ਦਾ ਪ੍ਰੋਗਰਾਮ ਵੀਕ ਦੇ ਵਿੱਚ 1 ਘੰਟਾ ਆਉਂਦਾ ਸੀ ਪਹਿਲਾਂ, ਤਾਂ ਹੁਣ ਕਿੰਨਾ ਆਉਂਦਾ ਸੀ? ਹੁਣ ਵੀ ਹੁਣ 1/2 ਘੰਟਾ ਆਉਂਦਾ ਸੀ, ਪਰ ਜੋ ਵੀ ਆਉਂਦਾ ਸੀ ਬਹੁਤ ਸ਼ਾਨਦਾਰ। ਨਹੀਂ, ਮੈਂ ਕਰੂੰਗਾ ਜੀ ਗੱਲ, ਵੀ ਕਰੂੰਗਾ ਗੱਲ, ਵੀ ਤੁਸੀਂ ਇੰਨਾ ਟਾਈਮ ਤਾਂ ਕੱਢ ਹੀ ਸਕਦੇ। ਹਾਂਜੀ, ਪੰਜਾਬੀ ਜਵਾਨ ਦੀ ਬਹੁਤ ਸੇਵਾ ਕੀਤੀ, ਤੇ ਕਿੱਡੇ ਕਿੱਡੇ ਵੱਡੇ ਕਲਾਕਾਰਾਂ ਨੂੰ ਇਹਨਾਂ ਨੇ ਪੇਸ਼ ਕੀਤਾ, ਕਿਤਾਬਾਂ ਵੀ ਲਿਖੀਆਂ, ਰਿਕਾਰਡ ਵੀ ਛਪਵਾਏ, ਤੇ ਮੇਰੇ ਕੋਲ ਵੀ 2-3 ਰਿਕਾਰਡ ਹੈਗੇ ਉਹਨਾਂ ਦੇ, ਗਿਆਨੀ ਦਇਆ ਸਿੰਘ ਦਿਲਵਰ ਦਾ, ਹਜ਼ਾਰਾ ਸਿੰਘ ਰਮਤਾ ਦਾ, ਸੁਰਿੰਦਰ ਕੌਰ ਪ੍ਰਕਾਸ਼ ਉਹਨਾਂ, ਇਹਨਾਂ ਸਾਰਿਆਂ ਦਾ, ਆਸਾ ਸਿੰਘ ਮਤਾਨਾ ਦਾ ਜੀ। ਪਰ ਮਨ ਨੂੰ ਕਾਫੀ ਦੁੱਖ ਹੋ ਜਾਂਦਾ ਜੀ, ਹੋ ਜਾਂਦਾ। ਬੰਦੇ ਬਹੁਤ ਵਧੀਆ, ਬੰਦੇ ਬਹੁਤ ਹੀ ਵਧੀਆ ਸੀ, ਕਾਫੀ ਮਿਲਣ ਦਾ ਮੌਕਾ ਮਿਲਿਆ ਸੀ, ਕਿਉਂਕਿ ਘਰ ਵੀ ਰਹੇ ਅਸੀਂ ਬਹੁਤ ਦਿਨ। ਜਦੋਂ ਤੱਕ ਜਦੋਂ ਮੈਂ ਟੋਰਾਂਟੋ 'ਚ ਰਿਹਾ ਵਾਂ, ਕਿਤੇ ਹੋਰ ਜਾਣ ਤੋਂ ਬਗੈਰ, ਮੈਂ ਜਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਹੁਣ ਤੱਕ ਇਹਦੇ ਨਾਲ ਜੁੜਿਆ ਰਿਹਾ। ਨਹੀਂ, ਬੰਦੇ ਵੀ ਬਹੁਤ ਵਧੀਆ ਨੇ ਜੀ, ਅਸੀਂ ਕਈ ਕਈ ਦਿਨ ਉਹਨਾਂ ਦੇ ਘਰ ਰਹਿਣ ਦਾ ਮੌਕਾ ਮਿਲਿਆ, ਹਰਭਜਨ ਮਾਨ ਉਹਨਾਂ ਨਾਲ ਆਉਂਦੇ ਸੀ ਜਦੋਂ। ਚਲੋ ਠੀਕ ਹੈ। ਇਹਨਾਂ ਦੀ ਸ਼ਾਇਰੀ ਵੀ ਬੜੀ ਕਮਾਲ, ਲਹਿਜ਼ਾ ਬੋਲਣ ਦਾ। ਹਾਂਜੀ, ਕਿਤਾਬਾਂ ਇਹਨਾਂ ਨੇ ਲਿਖੀਆਂ ਨੇ ਜਿੱਦਾਂ ਪਹਿਲਾਂ ਸਿਆ, ਤੇ ਕਾਫੀ ਪ੍ਰਮੋਟ ਕੀਤਾ ਪੰਜਾਬੀ ਜਵਾਨ ਨੂੰ ਜੀ। ਬਿਲਕੁਲ ਜੀ ਤੀਰ ਸਾਹਿਬ, ਚਲੋ ਜੀ, ਕਰੂੰਗਾ ਗੱਲ ਮੈਂ ਉਹਨਾਂ ਨੂੰ ਫੋਨ ਤੇ ਜ਼ਰੂਰ ਕਰਾਂਗੇ। ਤੇ ਚਲੋ, ਤੇ ਇਲੈਕਸ਼ਨਾਂ ਦਾ ਹਜੇ ਮਤਲਬ ਤੁਹਾਡੇ ਹੈਗੀਆਂ 30 ਸਤੰਬਰ ਨੂੰ, ਹੈ ਨਾ? 20 ਸਤੰਬਰ ਨੂੰ, 20 ਸਤੰਬਰ ਨੂੰ ਆ ਗਈਆਂ ਫਿਰ, ਉਹ ਤਾਂ
ਹੁਣ ਥੋੜੀ ਆਪਣੀ ਕੰਜ਼ਰਵੇਟਿਵ ਪਾਰਟੀ ਉੱਤੇ ਆਈ ਆ ਤੇ ਇਹ ਅਜੇ ਟਾਈਮ ਹੈਗਾ ਪਰ ਲੋਕੀ ਦੇਖੋ ਲੋਕਾਂ ਦਾ ਝੁਕਾਅ ਕਿੱਧਰ ਨੂੰ ਜਾਂਦਾ ਤੇ ਕਈ ਲੋਕ ਮਜ਼ਾਰੇ ਵੀ ਕਰਦੇ ਨੇ ਪਰ ਜਿਸ ਤਰ੍ਹਾਂ ਮੈਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਵੀ ਇੱਕ ਅਨਵਾਂਟਿਡ ਬੇਲੋੜੇ ਇਲੈਕਸ਼ਨ ਸੀ ਉਹ ਬੁਲਾਉਣ ਦੀ ਜ਼ਰੂਰਤ ਨਹੀਂ ਸੀ ਜੀ ਖਰਚਾ ਤਾਂ ਹੋਏਗਾ ਹੀ ਨਾ ਉੱਥੇ ਹਾਂ ਕਿਤੇ ਇਹ ਨਾ ਹੋਵੇ ਕਿ ਬਾਜੀ ਪੁੱਟੀ ਪੈ ਜਾਵੇ ਤੇ ਦੂਸਰੀ ਪਾਰਟੀ ਆ ਜਾਵੇ ਪਰ ਲੱਗਦਾ ਨਹੀਂ ਵੀ ਇਹ ਜਸਟਿਸ ਟਰੂਡੋ ਮੈਜੋਰਿਟੀ ਲੈ ਜੂਗਾ ਮਾਈਨੋਰਿਟੀ ਦੇ ਵਿੱਚ ਰਹੂ ਫਿਰ ਐਨ ਡੀ ਪੀ ਵਿੱਚ ਸਪੋਰਟ ਕਰੂਗੀ ਜਗਮੀਤ ਸਿੰਘ ਤੇ ਅਜੇ ਅੱਜ ਫ੍ਰੈਂਚ ਡਿਬੇਟ ਹੋਈ ਸੀ ਸਾਨੂੰ ਤਾਂ ਉਹ ਸਮਝ ਨਹੀਂ ਆਉਂਦੀ ਉਹ ਕਿਊਬਿਕ ਦੇ ਉੱਤੇ ਹੁੰਦੀ ਹੈ ਜ਼ਿਆਦਾ ਉਹ ਡਿਬੇਟ ਤੇ ਅਗਲੀ ਡਿਬੇਟ ਜਿਹੜੀ ਹੋਣੀ ਆ ਸਤੰਬਰ ਦੇ ਵਿੱਚ ਉਹ ਇੰਗਲਿਸ਼ ਦੇ ਵਿੱਚ ਉਹ ਦੇਖਾਂਗੇ ਉਹਦਾ ਅਜੇ ਕੋਈ ਅਨਾਊਂਸ ਨਹੀਂ ਕੀਤਾ ਉਸ ਤੋਂ ਬਾਅਦ ਪਤਾ ਲੱਗਦਾ ਡਿਬੇਟ ਤੋਂ ਬਾਅਦ ਜਿੱਦਾਂ ਯੂ ਐਸ ਏ ਦੇ ਵਿੱਚ ਪ੍ਰੈਜ਼ੀਡੈਂਟ ਦੀ ਡਿਬੇਟ ਹੁੰਦੀ ਆ ਹਾਂਜੀ ਹਾਂਜੀ ਫਿਰ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੀ ਲੋਕੀ ਕੀ ਚਾਹੁੰਦੇ ਆ ਜੀ ਧੀਰ ਸਾਹਿਬ ਠੀਕ ਹੈ ਜੀ ਅੱਜ ਸਮਾਂ ਆਪਣੇ ਕੋਲ ਹੈ ਨਹੀਂ ਹੁਣ ਚੁਗਨੀ ਦੀ ਗੱਲ ਕੀਤੀ ਆਪਾਂ ਚੁਗਨੀ ਪਰ ਹੁਣ ਤੀਰ ਸਾਹਿਬ ਸਮਾਂ ਹੈ ਨਹੀਂ ਕੋਈ ਬ੍ਰੇਕ ਪਈ ਹਜੇ ਇੱਕ ਤਾਂ ਬ੍ਰੇਕ ਤੋਂ ਬਾਅਦ ਫਿਰ ਪ੍ਰੋਗਰਾਮ ਦਾ ਸਮਾਂ ਖਤਮ ਹੋਣ ਖਬਰਾਂ ਆਉਣੀਆਂ ਹੁੰਦੀਆਂ ਅਤੇ ਆਪਾਂ ਕੱਲ੍ਹ ਕਰਾਂਗੇ ਕੱਲ੍ਹ ਬਾਕੀ ਆ ਹਜ਼ਾਰਾ ਸਿੰਘ ਰਮਤਾ ਨੇ ਵੀ ਚੁਗਨੀ ਗਾਈ ਸੀ ਹਾਂਜੀ ਉਹਨਾਂ ਨੇ ਵੀ ਗਾਈ ਸੀ ਹਾਂ ਚਲੋ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਕਾਲਾਂ ਦਾ ਸਮਾਂ ਬਚੇਗਾ ਪਰ ਬਚਿਆ ਤਾਂ ਜ਼ਰੂਰ ਅਸੀਂ ਗੱਲ ਕਰਾਂਗੇ ਪਰ ਬ੍ਰੇਕ ਜ਼ਰੂਰ ਲੈ ਰਹੇ ਹਾਂ ਦੇਖਦੇ ਰਹੋ ਜਸ ਪੰਜਾਬੀ ਪ੍ਰੋਗਰਾਮ ਦਾ ਸਮਾਂ ਖਤਮ ਹੈ ਜੀ ਮੁਆਫੀ ਚਾਹੁੰਦਾ ਅਤੇ ਬਾਕੀ ਜਿਹੜੀ ਗੱਲਬਾਤ ਰਹਿ ਗਈ ਜੁਗਨੀ ਬਾਰੇ ਕਾਲਾਂ ਜਿਹੜੀਆਂ ਰਹਿ ਗਈਆਂ ਅਤੇ ਜਾਂ ਫਿਰ ਗੀਤ ਜਿਹੜੇ ਰਹਿ ਗਏ ਨੇ ਉਹ ਫਿਰ ਕਿਤੇ ਤੁਹਾਡੇ ਨਾਲ ਸਾਂਝੇ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅਤੇ ਅੱਜ ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੀ ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਲਈ jaggi@justbroadcasting.com ਜਾਂ ਫਿਰ info@justbroadcasting.com ਫੇਸਬੁੱਕ ਟਵਿੱਟਰ ਵਟਸਐਪ ਤੋਂ ਇਲਾਵਾ ਮੇਰਾ ਸੈੱਲ ਨੰਬਰ 209-450-3362 ਕਿਤੇ ਵੀ ਸੰਪਰਕ ਕਰ ਸਕਦੇ ਹੋ ਮਿਸ ਐਂਡ ਮਿਸਿਜ਼ ਪੰਜਾਬਨ ਬਹੁਤ ਵੱਡੀ ਈਵੈਂਟ ਜਿਹੜੀ 16 ਅਕਤੂਬਰ ਨੂੰ ਹੋ ਰਹੀ ਹੈ ਉਹਦੇ ਵਿੱਚ ਵੀ ਕਿਸ ਤਰ੍ਹਾਂ ਜੁੜਨਾ ਚਾਹੁੰਦੇ ਹੋ ਤਾਂ ਵੀ 209-450-3362 'ਤੇ ਕਾਲ ਕਰ ਸਕਦੇ ਹੋ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਲਾਈਵ ਜਾਏਗਾ ਵਰਲਡ ਵਾਈਡ ਪ੍ਰੋਗਰਾਮ ਇਹ ਅਤੇ ਈਵੈਂਟ ਜਿਹੜੀ ਆ ਉਹ ਐਲਏ ਦੇ ਵਿੱਚ ਹੋ ਰਹੀ 16 ਅਕਤੂਬਰ ਨੂੰ ਉਹਦੇ ਵਾਸਤੇ ਵੀ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।